ਹੈਲੋ ਐਂਡ ਵੈਲਕਮ ਟੂ ਦਿਲ ਦੀਆਂ ਗੱਲਾਂ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਫੇਵਰਿਟ ਚੈਨਲ ਵਿਜ਼ਨ ਪੰਜਾਬ ਟੀਵੀ ਤੇ ਦਿਲ ਦੀਆਂ ਗੱਲਾਂ ਕਰ ਰਹੇ ਨੇ ਜੀ ਅਭਿਸ਼ੇਕ ਤੇ ਅਨੂ ਕੋੜਾ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਵਾਰ ਅਸੀਂ ਹਾਜ਼ਰ ਹੋ ਜਾਂਦੇ ਹਾਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਨ ਦੇ ਲਈ ਪਰ ਤੁਹਾਡਾ ਜਿਹੜਾ ਫੀਡਬੈਕ ਉਹ ਸਾਨੂੰ ਥੋੜਾ ਮਿਲ ਰਿਹਾ ਇਸ ਲਈ ਆਪਣਾ ਫੀਡਬੈਕ ਜਿਹੜਾ ਸਾਨੂੰ ਦੰਦੇ ਰਹੋ ਤੇ ਸਾਨੂੰ ਦੱਸੋ ਕਿ ਸੀ ਕਿਹੜੇ ਮਸਲੇ ਤੇ ਦਿਲ ਦੀਆਂ ਗੱਲਾਂ ਜੜੀਆਂ ਉਹ ਸਾਂਝੀਆਂ ਕਰੀਏ ਤੁਹਾਡੇ ਨਾਲ ਤੇ ਅਭਿਸ਼ੇਕ ਪਤਾ ਨਹੀਂ ਮੈਨੂੰ ਖੁੱਲਾ ਫੀਡਬੈਕ ਹੈ ਥੈਂਕ ਯੂ ਸੋ ਮੱਚ ਮੈਨੂੰ ਇੰਨਾ ਪਿਆਰ ਦੇਣ ਲਈ ਇੰਨਾ ਸੋਨਾ ਫੀਡ ਐਨਾ ਮੇਰੀ ਗੱਲ ਕਟਨੀ ਕਟਨੀ ਹੈ ਮਤਲਬ ਸ਼ੋਅ ਸ਼ੁਰੂ ਹੋਣ ਤੇ ਚਲ ਮੈਂ ਦੇਖੋ ਮੌਕਾ ਦੇ ਰਿਹਾ ਨਾ ਕਿ ਚਲੋ ਸ਼ੋਅ ਸ਼ੁਰੂ ਕਰੋ ਅੱਛਾ ਠੀਕ ਹੈ ਚਲੋ ਅੱਜ ਅਭਿਸ਼ੇਕ ਦੱਸੋ ਫਿਰ ਐਜ਼ ਅ ਟੌਪਿਕ ਕੀ ਹੈ ਐਨਾ ਸੁਸਤੀ ਬੜੀ ਵੈਰੀ ਮੇਰਾ ਮਾਨ ਨਹੀਂ ਕਰਦਾ ਮੈਂ ਸ਼ੋਅ ਕਰਨ ਨੂੰ ਇਹਨਾਂ ਦੇ ਮਿਲੀਅਨ ਫੈਨਸ ਜਿਹੜੇ ਨੇ ਕੀ ਤੁਸੀਂ ਸੁਣ ਰਹੇ ਹੋ ਮੇਰੇ ਜਿਹੜੇ ਮਿਲੀਅਨ ਫੈਨਸ ਨੇ ਤੁਸੀਂ ਸੁਣ ਰਹੇ ਹੋ ਮੈਂ ਵੀ ਇਨਸਾਨ ਆ ਮੇਰੇ ਵੀ ਕੋਈ ਹੁੰਦੇ ਨੇ ਆ ਕਿ ਕਿਤੇ ਮੇਰਾ ਵੀ ਦਿਲ ਹੈ ਹੈਨਾ ਤੇ ਦਿਲ ਦਿਲ ਹੈ ਤੇ ਦੁੱਖਤਾ ਵੀ ਹੈ ਇਹ ਬਾਡੀ ਐ ਤੋ ਥਕਤੀ ਵੀ ਐ ਤੋ ਥਕਤੀ ਐ ਤੋ ਸੁਸਤੀ ਵੀ ਪੜਤੀ ਐ ਤੋ ਇਹ ਚ ਕੋਈ ਵੱਡੀ ਗੱਲ ਨਹੀਂ ਹਰ ਇਨਸਾਨੇ ਸੇਮ ਉਹ ਮਤਲਬ 24 ਘੰਟੇ ਉਹ ਥੋੜੀ ਜਿਹਾ ਦਾ ਵੀ ਯੈਸ ਅੱਖਾਂ ਖੁੱਲੀਆਂ ਡਿਊਰਸਲ ਥੋੜੀ ਖਾਦਾ ਮੈਂ ਅੱਛਾ ਚਲੋ ਠੀਕ ਐ ਫਿਰ ਨਿਕਲੋ ਪਤਲੀ ਗਲੀ ਤੋਂ ਅੱਛਾ ਪਤਲੀ ਗਲੀ ਇਥੇ ਕੋਈ ਨਹੀਂ ਕਿ ਜੋ ਹੁੰਦੀ ਤਾਂ ਮੈਂ ਸੱਚੀ ਨਿਕਲ ਜਾਣਾ ਸਭ ਖੁੱਲਾ ਖੁੱਲਾ ਇੱਥੇ ਅੱਛਾ ਚਲੋ ਖੁੱਲੀ ਗਲੀ ਚ ਨਿਕਲੋ ਨਾ ਗਲੀ ਤੇ ਹੈ ਹੀ ਨਹੀਂ ਇੱਥੇ ਹੈ ਹੀ ਸਭ ਕੋਈ ਖੁੱਲਾ ਇੱਥੇ ਹੋਰ ਐ ਦਰਵਾਜ਼ੇ ਮੈਂ ਨਿਕਲੋ ਬਾਹਰ ਇਹ ਕਹਾਵਤ ਹੀ ਨਹੀਂ ਬਣੀ ਅੱਛਾ ਚਲੋ ਅੱਜ ਦਾ ਟੌਪਿਕ ਦੱਸੋ ਸਾਨੂੰ ਬਚੰਗੀ ਤਰ੍ਹਾਂ ਦੱਸੋ ਆਪਾਂ ਚਲੋ ਤੁਸੀਂ ਗੱਲ ਕਰ ਹੀ ਦਿੱਤੀ ਆ ਆਪਾਂ ਇਹਦਾ ਜਿਹੜਾ ਟੌਪਿਕ ਲਾਵਾਂਗੇ ਉਹ ਲਾਵਾਂਗੇ ਨਿਕਲੋ ਬਦਲੀ ਗਲੀ ਸੇ ਵਾਹ ਆਇਦਾ ਜਿਹੜਾ ਟੌਪਿਕ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਸੁਸਤੀ ਪੈ ਰਹੀ ਆ ਆ ਵੇਖੋ ਮੈਨੂੰ ਪੈ ਰਹੀ ਹੈ ਮੈਂ ਸ਼ੋ ਨਹੀਂ ਹੁੰਦੇ ਹੁੰਦਾ ਪਰ ਕੁਝ ਸਾਡੇ ਨਾਲ ਐਸੇ ਚਿਹਰੇ ਮੌਜੂਦ ਨੇ ਜਿਹੜੇ ਆਪਣੇ ਚਿਹਰੇ ਤੋਂ ਸਭ ਪਤਾ ਲਗਾ ਰਹੇ ਨੇ ਕਿ ਉਹ ਸੁਸਤ ਬੈਠੇ ਨੇ ਹੁਣੇ ਚਾਹੇ ਸ਼ੋ ਚੱਲਦੇ ਦੇ ਵਿੱਚ ਉਹ ਸੋਂ ਵੀ ਜਾਣ ਤੁਸੀਂ ਫਰੇਮ ਇੰਨਾ ਕ ਟਾਈਟ ਹੈ ਨਹੀਂ ਤੇ ਤੁਸੀਂ ਉਹਨਾਂ ਦੇ ਜਿਹੜੇ 4-5 ਚਾਹ ਦੇ ਗਲਾਸ ਉਹ ਵੀ ਤੁਸੀਂ ਵੇਖ ਸਕਦੇ ਸੀ ਕਿ ਜੇ ਫਰੇਮ 'ਚ ਉਹਨਾਂ ਨੇ ਇਹ ਰੱਖੇ ਨਹੀਂ ਚਲੋ ਤੇ ਮੇਰੇ ਇੱਧਰ ਵੀ ਫਿਰ ਇੱਧਰ ਵੀ ਇਨਸਾਨ ਹੀ ਬੈਠੇ ਹੈ ਨਾ ਜਦੋਂ نیند ਆਂਦੀ ਹੈ ਅਸੀਂ ਕੀ ਕਰਦੇ ਹਾਂ ਚਾਹ ਪੀ ਕੇ ਨੀਂਦ ਉਡਾ ਲੈਂਦੇ ਥੋੜੇ ਵਾਂਗੂ ਦੱਸ ਦੇਣੀ ਸਾਰਿਆਂ ਨੂੰ ਬਲੇ ਅੱਗੇ ਤੋਂ ਮੈਂ ਦੱਸਦਾ ਨਾ ਸਾਡਾ ਸ਼ੋਅ ਹੁੰਦਾ ਹੈ ਕਿ ਵਿਸਣ ਸਵੇਰਾ ਤੇ ਉਹਦੇ ਚ ਕੀ ਹੁੰਦਾ ਡਾਕਟਰ ਦੀ ਬਾਈਟ ਚੱਲਦੀ ਜਦੋਂ ਦੋ ਐਂਕਰ ਗੱਲਬਾਤ ਕਰਦੇ ਵੇ ਤੇ ਡਾਕਟਰ ਸਾਹਿਬ ਆਉਂਦੇ ਨੇ ਤੇ ਆਪਣੇ ਜਿਹੜਾ ਕੀ ਮੈਸੇਜ ਦਿੰਦੇ ਨੇ ਅੱਗੇ ਤੋਂ ਮੈਂ ਕੀ ਕਰੂੰਗਾ ਅਨੂ ਜਿੱਦ ਸੁੱਤੀ ਹੋਗੀ ਨਾ ਆਫਿਸ ਚ ਕਿਥੇ ਵੀ ਜਿੱਥੇ ਦਾ ਜੀ ਕਰਦਾ ਚਾਹੇ ਸਟੂਡੀਓ ਚ ਕੋਈ ਸ਼ੋਅ ਚੱਲਦਾ ਅਨੂ ਨੇ ਵਖਰੇ ਵੀ ਅੱਛਾ ਤੇਸੀ ਹੋਣਾ ਚਲੋ ਵੀ ਚਲੋ ਲਗਾ ਨੂੰ ਅਨੂ ਕਿੱਥੇ ਅਨੂ ਪਤਾ ਨਹੀਂ ਕਿੱਥੇ ਜਾਂ ਤੇ ਰਸੋਈ ਚੋਂਗੀ ਚਾਹ ਬਣਾਉਂਦੀ ਹੋਗੀ ਜਾਂ ਸਟੂਡੀਓ ਚ ਲੰਮੇ ਪਈ ਹੋਗੀ ਅਨੂ ਉੱਠਿਆ ਸ਼ੋ ਹਾਂ ਸੱਚੀ ਮੈਂ ਆ ਗਈ ਬੱਦ ਨੂੰ ਬਸ ਮੈਂ ਦੋ ਮਿੰਟ ਚਲੋ 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 ਆ ਵੇਖੋ ਇੰਨੀ ਐਕਟਿਵ ਆ ਸਾਡੀ ਐਂਕਰ ਯਾਰ ਵੈਰੀ ਪ੍ਰਾਊਡ ਆਫ ਯੂ ਸੋ ਮਚ ਥੈਂਕ ਯੂ ਚਲੋ ਜਿਹੜੀ ਇੰਨੀ ਮੇਰੀ ਕੋਸ਼ਿਸ਼ ਕੀਤੀ ਹੈ ਨਾ ਇੰਨੀ ਮੈਨੂੰ ਦੱਸਣ ਕਿ ਅਨੁਸੂਸਤਾ ਆਂਦੇ ਸਰ ਕੀ ਨੇ ਕਿਹਾ ਸੀਗਾ ਕਿ ਮੈਨੂੰ ਸੁਸਤੀ ਚਾਹੀਦੀ ਹੈ ਮੇਰੇ ਸ਼ੋ ਕਰਦੇ ਦਿਨ ਨਹੀਂ ਕਰ ਰਿਹਾ ਮੈਂ ਕੀ ਮੈਂ ਕੀ ਬੱਸ ਸੁਸਤਾ ਮੈਂ ਉਸ ਤੋਂ ਬਾਅਦ ਸ਼ੋ ਤੇ ਕਰ ਰਹੀ ਹਾਂ ਨਾ ਘਟੋ ਮੈਂ ਤੇ ਮੈਂ ਕਿਹੜਾ ਨਹੀਂ ਕਰ ਰਿਹਾ ਮੈਂ ਕਿਹੜਾ ਤੁਹਾਡੀ ਕਹਿੰਦੇ ਪਤਲੀ ਗਲੀ ਤੇ ਨਿਕਲ ਗਿਆ ਵਾ ਤੁਸੀਂ ਕਿਹਾ ਤਾਂ ਨਾ ਮੈਂ ਦਿਨ ਨਹੀਂ ਕਰ ਰਿਹਾ ਸ਼ੋ ਕਰਨ ਦਾ ਮੈਂ ਕਰਤੇ ਰਿਹਾ ਨਾ ਤੇ ਇੱਕ ਹੀ ਗੱਲ ਹੋਈ ਕਰਤੇ ਰਿਹਾ ਨਾ ਚਲੋ ਠੀਕ ਹੈ ਅੱਛਾ ਦੁਨੀਆ 'ਚ ਨਾ ਬਹੁਤ ਲੋਕੀ ਹੁੰਦੇ ਨੇ ਜਿਹੜੇ ਐਦੀ ਸੁਸਤੀ ਮੇ ਜਾ ਕੇ ਰੱਖਦੇ ਨੇ ਮਤਲਬ ਉਹਨਾਂ ਦਾ ਦਿੱਲ ਹੀ ਨਹੀਂ ਕਰਦਾ ਕਿ ਬੈੱਡ ਤੋਂ ਉੱਠੀਏ ਤੇ ਕੰਮ ਕਰੀਏ ਕੋਈ ਓਏ ਹੋਏ ਔਰ ਸਭ ਤੋਂ ਵਧੀਆ ਨੀਂਦ ਜਿਹੜੀ ਆਂਦੀ ਹੈ ਉਹਦਾ ਟਾਈਮ ਦੱਸੋ ਕਿਹੜਾ ਨੀਂਦੋਂ ਨੀਂਦਾਂ ਹਾਂ ਤਾਂ ਬੜਾ ਵਧੀਆ ਮੈਨੂੰ ਨੀਂਦ ਪਤਾ ਕਦੋਂ ਆਉਂਦੀ ਹੈ ਜਦੋਂ ਮੈਂ ਸਵੇਰੇ ਉੱਠ ਜਾਂ ਨਹਾ ਕੇ ਨਾਸ਼ਤਾ ਕਰ ਲਾ ਨਾ ਫਿਰ ਜਿਹੜੀ ਮੈਨੂੰ ਨੀਂਦ ਆਉਣੀ ਸੁਸਤੀ ਪੈਣੀ ਹੈ ਜਿਹੜੀ ਮਤਲਬ ਲੋਕ ਕੀ ਕਹਿੰਦੇ ਵੀ ਨੀਂਦ ਆਈਏ ਚਲੋ ਉੱਠੇ ਆ ਸਵੇਰੇ ਸਵੇਰੇ ਨੀਂਦ ਨਿੰਦਰਾ ਚੜਿਆ ਹੁੰਦਾ ਵੀ ਨਹਾ ਲਈਏ ਹਨਾ ਫਰੈਸ਼ ਫਰੈਸ਼ ਫੀਲ ਹੋਊਗਾ ਐਨਰਜੈਟਿਕ ਹੋਵਾਂਗੇ ਇਹਨਾਂ ਨੂੰ ਨਹਾਣ ਤੋਂ ਬਾਅਦ ਨਹੀਂ ਨਹੀਂ ਨਹਾਣ ਤੋਂ ਬਾਅਦ ਭੁੱਖ ਲੱਗਦੀ ਆ ਭੁੱਖ ਤੋਂ ਬਾਅਦ ਫੇਰ ਨੀਂਦ ਆਉਂਦੀ ਜਦੋਂ ਰੋਟੀ ਖਤਮ ਹੋ ਜੇ ਨਾ ਫਿਰ ਐ ਵੀ ਹੁਣ ਸਵਾ ਤੋਂ ਮੇਰੇ ਹੁਣ ਮੈਂ ਬਸ ਸੁਸਤੀ ਆ। ਅੱਛਾ ਮੈਂ ਦੱਸਦੀ ਹਾਂ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਨਹੀਂ ਦੰਦੀ ਉਹ ਕਿਸ ਟਾਈਮ ਆਉਂਦੀ ਆ ਉਹ ਦੀ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ। ਇਹ ਜਿਹੜੀ ਨੀਂਦ ਹੁੰਦੀ ਆ ਨਾ ਉਹ ਹੋ ਹੋ ਜੇ ਕੋਈ ਨਾ ਉਠਾਵੇ ਇਸ ਟਾਈਮ ਤੇ ਮਤਲਬ ਪੂਰਾ ਦਿਨੇ ਨਾ ਵਧੀਆ ਜਾਂਦਾ ਹੈ ਨਾ ਮੇਰਾ ਇੰਨੀ એનર્ਜੀ ਰਹਿੰਦੀ ਹੈ ਮੇਰੇ ਅੰਦਰ। ਪਰ ਜਦੋਂ ਕੋਈ ਕਹਿ ਦੇਵੇ ਨਾ ਕਿ ਅੱਛਾ ਇੱਕ ਤੁਸੀਂ ਗੱਲ ਨੋਟਿਸ ਕੀਤੀ ਹੈ ਵੀ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਨਾ ਤੇ ਰਾਤ ਨੂੰ ਹੀ ਇੰਨੀ ਐਕਸਾਈਟਮੈਂਟ ਛਾਈ ਹੁੰਦੀ ਹੈ ਸਾਡੇ ਅੰਦਰ ਵੀ ਅਸੀਂ ਇੱਕ ਤਾਂ ਪੂਰੀ ਰਾਤ ਸੌਂਦੇ ਨਹੀਂ ਔਰ ਜੇ 1 ਘੰਟਾ ਅੱਖ ਲੱਗ ਵੀ ਜਾਵੇ ਸੁਪੋਜ਼ ਕਰੋ ਅਸੀਂ ਕਿਤੇ ਜਾਣਾ ਹੈ 5 ਵਜੇ ਅੱਛਾ ਤੇ ਆਪਾਂ ਸੌ ਜਾਨੇ 4:00 ਵਜੇ ਨਾਲ ਚਲੋ ਸੌ ਜਾਨੇ ਅਭੀ 5:00 ਵਜੇ ਉੱਠ ਜਾਵਾਂਗੇ 6:00 ਵਜੇ ਜਾਣਾ ਕੱਢਾ ਜਰੇ ਉੜੀਓ ਕੇ ਚੱਲ ਜਾਾਂਗੇ ਠੀਕ ਹੈ ਸਾਰੀ ਰਾਤ ਨਹੀਂ ਸੋਵਾਂਗੇ ਘੰਟਾ ਸੋ ਕੇ ਵੀ ਪੂਰਾ ਦਿਨ એનર્ਜੀ ਰਹਿੰਦੀ ਹੈ ਕਿਉਂ ਕਿਉਂਕਿ ਸਿਰਫ ਜਾਣ ਦੀ ਐਕਸਾਈਟਮੈਂਟ ਹੁੰਦੀ ਹੈ ਔਰ ਜੇ ਕਿਤੇ ਆਫਿਸ ਆ ਨਾ ਹੋਵੇ ਤੇ ਬਸ ਮੰਮੀ 5 ਮਿੰਟ ਹੋਰ ਬਸ 5 ਮਿੰਟ ਹੋਰ ਸੌ ਲੰਦ بس 5 ਮਿੰਟ ਹੋਰ 5 ਪੰਨ ਮਿੰਟ ਕਰਦੇ ਕਰਦੇ 2 ਘੰਟੇ ਨਿਕਲ ਜਾਂਦੇ ਹੈ ਦਿਨ ਦਾ ਦਿਨ ਦਾ ਹੈ ਹੀ ਦਿਨੋਂ ਦਿਨ ਹਰ ਤਰ੍ਹਾਂ ਦੇ ਸਪੋਰਟਸ ਨੇ ਸਕੂਲ ਦੇ ਵਿੱਚ ਭੱਜ-ਭੱਜ ਕੇ ਚੋਣੋ ਚੋਣੋ ਅੱਜ ਫੇਟ ਐ ਸਪੋਰਟਸ ਦੇ ਜਿੱਦਣੋਂ ਪੇਨੈਸ਼ਮੈਂਟ ਹੈ ਹਾਏ ਸੌਣ ਲੈਂਦਾ ਨੀਂਦ ਬੜੀ ਹੈ ਮੈਂ ਥੱਕੇ ਮੈਨੂੰ ਬੁਖਾਰ ਸੀ ਨਹੀਂ ਹੋ ਗਿਆ ਮੈਂ ਡਾਕਟਰ ਕੋਲ ਦਵਾਈ ਦਵਾਈ ਖੋਆ ਮੈਨੇ ਦਵਾਈ ਚਾਹ ਲਿਆ ਪਹਿਲਾਂ ਮੇਰਾ ਜੀ ਨਹੀਂ ਕਰਦਾ ਪਿਆ ਸੁਸਤੀ ਬੜੀ ਬਈ ਹੈ ਇਦਾਂ ਦੇ ਬਹਾਨੇ ਉਹ ਦੋ ਸੋਚਦੇ ਨੇ ਬਿਲਕੁਲ ਸੋ ਤੁਸੀਂ ਵੀ ਜਿੱਦਾਂ ਕਿਹਾ ਕਿ 6 ਤੋਂ 10 ਦੀ ਤੁਹਾਨੂੰ ਨੀਂਦ ਬੜੀ ਪਿਆਰੀ ਹੈ ਪਰ ਮੈਂ ਥੋੜਾ ਜਿਹਾ ਆਪੋਜ਼ਿਟ ਹਾਂ ਮ ਵੱਜ ਜੂਗੇ 6:30 ਤੋਂ ਅੱਗੇ ਮੈਂ ਕਦੀ ਨਹੀਂ ਟੱਪਿਆ 6:30 ਡੈਡ ਲਾਈਨ ਆ 6:30 ਤੇ ਰਾਮ ਨਾਲ ਖੋਲ ਹੀ ਜਾਣੀ ਐ ਖੁੱਲ ਗਈ ਇੱਧਰ ਉੱਧਰ ਥੋੜਾ ਤੁਰ ਫਿਰ ਲਿਆ ਘਰ ਵੇਖ ਲਿਆ ਕੰਦਾ ਵੇਖਣੇ ਚੱਲਦਾ ਗਿਆ ਬਸ ਸਿਹਰੇ ਸਿਹਰੇ ਕਹਿੰਦਾ ਫਰੈਸ਼ ਜਿਹੜਾ ਹੁੰਦਾ ਆਕਸੀਜਨ ਹੁੰਦਾ ਸੋ ਉਹ ਆਕਸੀਜਨ ਚੰਗਾ ਹੁੰਦਾ ਬੋਡੀ ਲਈ ਤੇ ਮੇਰੀ ਬੋਡੀ ਲਾ ਤਾਂ ਟੇਮ ਹੋਗੀ ਵੀ ਫਰੈਸ਼ ਆਕਸੀਜਨ ਨੂੰ ਨਹੀਂ ਲੈਣਾ ਤੇ ਉਠੂਗੀ ਮੇਰੀ ਬੋਡੀ ਰਾਮ ਨਾਲ ਆਕਸੀਜਨ ਲੈ ਕੇ ਫਿਰ ਨਹਾ ਤੋਗੇ ਨਾ ਸਹਰ ਕੇ ਵੀ ਉਹ ਆਕਸੀਜਨ ਘਾ ਦੇ ਤੂੰ ਵੀ ਜਾ ਚੱਲ ਪਹੁੰਚ ਟਾਈਮ ਨਾਲ अच्छा वैसे लेजीनेस जेडी है ना लोका च कंदे ਵੀ अच्छा ਇਹ ਇਨਾ ਲੇਜੀ ਹੈ ਜ਼ਿੰਦਗੀ ਚ ਕੀ ਕਰੇਗਾ ਤੁਸੀਂ ਟਾਈਮ ਦੇ ਪੱਕੇ ਨਹੀਂ ਹੋ ਸਕਦੇ ਤੁਸੀਂ ਇਹ ਨਹੀਂ ਹੋ ਸਕਦੇ ਪੇਰੈਂਟਸ ਬਹੁਤ ਕਹਿੰਦੇ ਆ ਜਿਹੜਾ ਬੰਦਾ ਘਰੋਂ ਦੀ ਟਾਈਮ ਤੇ ਨਿਕਲ ਨਹੀਂ ਸਕਦਾ ਮੇਰੇ ਪਾਪਾ ਬੜੇ ਇਸ ਚੀਜ਼ ਚ ਉਹ ਹੈ ਉਹ ਹਮੇਸ਼ਾ 6 ਵਜੇ ਉੱਠ ਜਾਂਦੇ ਨੇ ਤੇ 7 ਵਜੇ ਇਹ ਸੂਟ-ਬੂਟ ਪਾ ਕੇ ਰੈਡੀ ਹੋ ਕੇ ਬਹਿ ਜਾਂਦੇ ਨੇ ਭਾਵੇਂ ਕਿਤੇ ਨਾ ਜਾਣਾ ਹੋਵੇ اچھا ਪਤਾ ਨਹੀਂ ਕਿਉਂ ਮਤਲਬ ਸਮਝ ਨਹੀਂ ਆਈ ਇਸ ਤੇ ਕਈਆਂ ਨੂੰ ਕਈਆਂ ਨੂੰ ਹੁਣ ਜਿਆਦਾ ਤੇ ਮੇਰੇ ਵੀ ਕਈ ਨੂੰ ਹੁੰਦੇ ਨੇ ਰਿਸ਼ਤੇਦਾਰ ਨੇ ਉਹ ਬੜੇ ਸੀਨੀਅਰ ਸਿਟੀਜ਼ਨ ਨੇ ਤੇ ਉਹ ਕੀ ਕਰਦੇ ਉਹਨਾਂ ਨੇ ਸੂਟ ਬੂਟ ਪਾ ਕੇ ਟਾਈ ਕੋਟ ਪਹਿਨ ਲਾ ਕੇ ਬੈਠੇ ਰਹਿਣਾ ਹੈ ਸਫਾਰੀ ਸੂਟ ਪਾ ਕੇ ਬੈਠਣਾ ਵੀ ਨਾ ਧੋ ਕੇ ਰੈਡੀ ਹੋ ਕੇ ਨਾਸ਼ਤਾ ਕਰਕੇ ਤੇ ਵਸੇ ਬਹਿ ਜਾਣਾ ਹੈ ਚਾਹੇ ਅਖਬਾਰ ਪੜ੍ਹਦੇ ਰਹਿਣ ਚਾਹੇ ਚਾਹ ਪੀਂਦੇ ਰਹਿਣ ਕੁਛ ਪਰ ਸੂਟਡ ਬੂਟ ਡੀ ਵੀ ਉਹਨ ਕੀ ਬੂਟ ਤੇ ਤਸਮੇ ਤੱਕ ਬੰਨੇ ਹੁੰਦੇ ਨੇ ਵੀ ਮੈਂ ਬਸ ਰੈਡੀ ਹਾਂ ਹੁਣ ਮੈਂ ਜਿਵੇਂ ਬਸ ਫੋਨ ਆਣਾ ਤੇ ਫੋਨ ਆ ਬਸ ਹੁਣ ਮੈਂ ਫੁਰਨਾ ਹੈ ਵੀ ਚਲੋ ਘੁੰਮ ਫੇਰ ਕੇ ਸਾਢੇ ਵਾਰੀ ਹੁੰਦੇ 10 ਵਜੇ ਦੇ ਟਾਈਮ ਤੇ ਤੋਂ ਸਾਢੇ 10 ਦੇ ਘਰੋਂ ਹੀ ਨਿਕਲਦੇ ਕਿੱਥੇ 10 ਦੇ ਤੇ ਆਏ ਵੀ ਜਦਾ ਹਲੇ 11 ਓਹੋ ਯਾਰ ਚਲੋ ਥੋੜੀ ਦਿਰ ਬਾਅਦ ਮੋਝੇ ਨਾ ਜਾਣਦੇ ਆ ਮੈਂ ਤੇ ਬੜਾ ਇਸ ਚੀਜ਼ਾਂ ਤੋਂ ਬੜਾ ਕਮਜ਼ੋਰ ਹਾਂ ਜਦੋਂ ਚੰਗਾ ਭਲਾ ਮੈਂ ਰੈਡੀ ਹੋ ਕੇ ਜਦੋਂ ਚੱਲਣਾ ਹੀ ਮੈਨੂੰ ਕਿਸੇ ਕੰਮ ਵਾਸਤੇ ਖਾਸ ਕਰ ਆਫਿਸ ਵਾਸਤੇ ਉਦੋਂ ਮੈਨੂੰ ਯਾਰ ਪੜੀ ਨੀਂਦ ਆਉਂਦੀ ਪਤਾ ਨਹੀਂ ਯਾਰ ਕਿਉਂ ਅੱਜ ਹੀ ਕਿਉਂ ਹੁੰਦਾ ਪਿਆ ਇਹ ਵੈਸੇ ਰੋਜ਼ ਹੀ ਹੁੰਦਾ ਮੈਨੂੰ ਅੱਜ ਹੁੰਦਾ ਭਾਈ ਬੜੀ ਸੁਸਤੀ ਪੈਂਦੀ ਵੀ ਮੈਂ ਆਫਿਸ ਚ ਆਇਆ ਵੀ ਨਾ ਮੈਂ ਦੋ ਚਾਰ ਵਾਰ ਵਾਸੀਆਂ ਵੀ ਮਾਲੀ ਮੂੰਹ ਦੇ ਗਿਆ ਥਰੱਕ ਵੀ ਕੋਈ ਵੇਖਣਾ ਲਵੇ ਤੇ ਅੱਜ ਵੀ ਸ਼ੋਅ ਕਰਨ ਤੋਂ 10 ਮਿੰਟ ਪਹਿਲਾਂ ਵੀ ਮੈਂ ਐਗਜ਼ਾਮਪਲ ਦੇ ਉਹ ਬੜਾ ਮੈਂ ਲੋ ਲੋ ਮਹਿਸੂਸ ਕਰਦਾ ਹਾਂ ਸ਼ਾਇਦ ਮੈਂ ਖਾਣਾ ਲੇਟ ਖਾਦਾ ਹਾਂ ਕੁਝ ਇੱਧਰ ਉੱਧਰ ਹੋਇਆ ਥੋੜਾ ਟਰੈਵਲ ਕੀਤਾ ਇਸ ਲਈ ਸ਼ਾਇਦ ਮੈਨੂੰ ਲੱਗ ਰਿਹਾ ਪਰ ਬੋਡੀ ਨਾ ਮੇਰੀ ਰੈਸਟ ਮੰਗਦੀ ਪਈ ਹੈ ਸੋ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੀ ਬੋਡੀ ਜ਼ਿਆਦਾ ਰੈਸਟ ਮੰਗਦੀ ਪਈ ਫਿਰ ਪਲੀਜ਼ ਆਪਣੀ ਬੋਡੀ ਨੂੰ ਉਹਨੂੰ ਰੈਸਟ ਦਿਵਾ ਦਿਓ ਤੇ ਜੋ ਫਿਰ ਕਰੂ ਰੈਸਟ ਹਾਂ ਮੈਂ ਕਰੂੰਗਾ ਸ਼ੋਅ ਤੋਂ ਬਾਅਦ ਮੈਂ ਰੈਸਟ ਕਰਾਂਦਾ ਹਾਂ ਬਸ ਮੇਰਾ ਸ਼ੋਅ ਆਜਾ ਜਿਹੜਾ ਮੇਰਾ ਸ਼ੋਅ ਖੀਲਾ ਤੇ ਤੋਂ ਬਾਅਦ ਮੈਂ ਰੈਸਟ ਕਰਦੇ ਇਹੀ ਮੈਨੂੰ ਜਿਹੜੀ ਐਕਸਾਈਟਮੈਂਟ ਇਹੀ ਮੇਰੇ ਅੰਦਰ એનર્ਜੀ ਭਰੀ ਜਾ ਰਹੀ ਹੈ ਜਦੋਂ ਹੁੰਦਾ ਨਾ ਕਿ ਅੱਛਾ ਜਦੋਂ ਜਿਹੜੇ ਸਪੋਰਟਸ ਵਾਲੇ ਹੁੰਦੇ ਨਾ ਉਹ ਨਵੇਂ ਨਵੇਂ ਜਦੋਂ ਭਰਤੀ ਹੁੰਦੇ ਮੈਂ ਵੀ ਇਦਾਂ ਕੀਤਾ ਹੈ ਉਹ ਕੋਚ ਕਹਿੰਦਾ ਵੀ 10 ਚੱਕਰ ਲਾਓ ਹਾਏ ਇੱਕ ਚੱਕਰ ਹੋ ਗਿਆ 2 3 5 6 7 8 ਜਿਹੜਾ ਨੌਵਾਂ ਚੱਕਰ ਹੁੰਦਾ ਨਾ ਉਹ ਇੰਨੀ ਐਕਸਾਈਟਮੈਂਟ ਚ ਲੱਗਦਾ ਨਾ ਕਿ ਬਸ ਇਤਵਾਂ ਜਖੀਰ ਲਾ ਦਸਵਾਂ ਜਦੋਂ ਆਉਂਦਾ ਬਸ ਹੁਣ ਤੇ ਜਲਦੀ ਜਲਦੀ ਖਤਮ ਕਰੋ ਜਲਦੀ ਜਲਦੀ ਮੈਂ ਪਹੁੰਚ ਗਿਆ ਉਹ ਤੋਂ ਬਾਅਦ ਜੰਨਤ ਹੀ ਆ ਵੀ ਇਦਾਂ ਹੀ ਅੱਜ ਮੈਨਾਂ ਹੋਂਦੇ ਵਿੱਚ ਜਿਹੜਾ ਮੇਰਾ ਸ਼ੋਅ ਜਖੀਰ ਇਤਵਾਂ ਤੇ ਜੰਨਤ ਇਹ ਤੋਂ ਬਾਅਦ ਹੁਣ ਭਾਵੇਂ ਮੇਰੀ ਆ ਜਮੀ ਆ ਜ ਤੂਫਾਨ ਹੈ ਜੇ ਰੱਬ ਵੀ ਥੱਲੇ ਆ ਕੇ ਕਹਿ ਦੇਣਾ ਵੀ ਇੱਕ ਹੋਰ ਸ਼ੋਅ ਕਰਨਾ ਮੈਂ ਕੋ ਵੀ ਨਾ ਹੁਣ ਮੈਨੂੰ ਹੁਣ ਕਿਉਂਕਿ ਦਿਮਾਗ ਨੇ ਟੇਮ ਕਰ ਲਿਆ ਵੀ ਇਸ ਤੋਂ ਬਾਅਦ ਮੈਂ ਸੋਣਾ ਮਤਲਬ ਮੈਂ ਬਸ ਸੌਣਾ ਮੈਂ ਸੁਸਤੀ ਪਾਉਣੀ ਹੈ ਅੱਛਾ ਇਹ ਚੀਜ਼ ਹੁੰਦੀ ਵੀ ਹੈ ਜਦੋਂ ਬਹੁਤ ਜ਼ਿਆਦਾ ਨੀਂਦ ਆਈ ਵੀ ਹੋਏ ਨਾ ਔਰ ਅਸੀਂ ਰੈਸਟ ਨਾ ਕਰੀਏ ਤੇ ਜਿਹੜਾ ਦਿਮਾਗ ਹੈ ਉਹ ਵੀ ਚੱਲਣਾ ਕੰਮ ਬੰਦ ਕਰ ਦਿੰਦਾ ਮੈਂਟਲੀ ਮੈਂਟਲੀ ਤੁਸੀਂ ਨਹੀਂ ਸਟੇਬਲ ਰਹਿੰਦੇ ਮੈਨੂੰ ਕੀ ਹੁੰਦਾ ਮੇਰੇ ਨਾਲ ਮੈਂ ਮੈਂ ਨਾ ਬੜੀ ਛੇਤੀ ਪਾਰਾ ਖਾਈ ਹੋ ਜਾਂਦਾ ਮੇਰਾ ਮੈਂ ਮਤਲਬ ਬਾਹਰੀ ਹੋ ਜਾਂਦਾ ਆਪਣੇ ਤੇ ਮੇਰੀ ਨੀਂਦ ਨਾ ਪੂਰੀ ਹੋਵੇ ਦੋ ਚਾਰ ਚੀਜ਼ਾਂ ਜਿਹੜੀਆਂ ਮੇਰੀ ਕਮਜ਼ੋਰੀਆਂ ਹੈਗੀਆਂ ਕਿ ਮੈਨੂੰ ਟਾਈਮ ਤੇ ਖਾਣਾ ਨਾ ਮਿਲੇ ਮੈਨੂੰ ਭੁੱਖ ਲੱਗੀ ਹੋਵੇ ਤੇ ਮੈਂ 1 ਘੰਟਾ ਵੱਧ ਹੋ ਜਾਣਾ ਵੀ ਮੇਰੇ ਪੇਟ ਤੋਂ ਆਵਾਜ਼ ਆਣੀ ਸ਼ੁਰੂ ਹੋਵੇ ਕੁਝ ਖਾ ਲਾ ਕੁਝ ਖਾ ਲਾ ਤੇ ਮੈਨੂੰ ਕੁਝ ਹੋਣਾ ਪੈਣਾ ਮੈਨੂੰ ਨਾ ਵੀ ਕੋਈ ਆਜੇ ਮੈਂ ਕਿਸੇ ਨੂੰ ਗੁੱਸਾ ਕਰ ਲਵਣਾ ਛੇਤੀ ਛੇਤੀ ਇਹ ਚਾਹੇ ਕੁਝ ਵੀ ਹੋਵੇ ਤੇ ਮੇਰੀ ਨੀਂਦ ਦਾ ਮੈਂ ਕੱਲ ਪੀ ਜਾਊਗਾ ਵੀ ਕੀ ਹੁੰਦਾ ਯਾਰ ਕਿਉਂ ਹੁੰਦਾ ਵੀ ਕੀ ਉਧਰੋਂ ਭਾਵੇਂ ਇੰਡੀਆ ਵਰਲਡ ਕੱਪ ਜਿੱਤੇ ਸੋ ਇਹ ਜੀ ਸਾਡੇ ਬੜੇ ਮਹੱਤਵਪੂਰਨ ਹੁੰਦੇ ਆ ਜੇ ਨੀਂਦ ਮੈਨੂੰ ਨਾ ਮਿਲੇ ਮੈਂ ਇਦਾਂ ਦਾ ਤੇ ਇਸ ਲਈ ਮੈਂ ਚਾਹੁੰਦਾ ਵੀ ਦੁਨੀਆ ਮੇਰੇ ਤੋਂ ਤੰਗ ਨਾ ਹੋ ਸੋਸਾਇਟੀ ਮੇਰੇ ਤੋਂ ਤੰਗ ਨਾ ਹੋ ਇਸ ਲਈ ਜ਼ਰੂਰੀ ਹੈ ਕਿ ਮੈਂ ਆਪਣੀ ਨੀਂਦ ਜਿਹੜੀ ਪੂਰੀ ਕਰਕੇ ਰੱਖਣਾ ਹਮੇਸ਼ਾ ਅੱਛਾ ਇੱਕ ਚੀਜ਼ ਹੋਰ ਕਹੀ ਜਾਂਦੇ ਵੀ ਜਿਹੜੇ ਲੇਜੀ ਪੀਪਲ ਹੁੰਦੇ ਨਾ ਉਹਨਾਂ ਨੂੰ ਕਹਾਂ ਜਾਂਦੇ ਯਾਰ ਇਹ ਨਕਾਰਾਏ ਬੜੇ ਕੰਮ ਨਹੀਂ ਕਰਦੇ ਤੰਦਰੁਸਤ ਰਹੋ ਜੋ ਲੋਕ ਕੁਝ ਨਹੀਂ ਕਰਦੇ ਉਹ ਕਮਾਲ ਕਰਦੇ ਆ ਆਹਾ ਤੁਸੀਂ ਕੀ ਕਮਾਲ ਕਰੋਗੇ ਜ਼ਿੰਦਗੀ ਵਿੱਚ ਤੁਸੀਂ ਜ਼ਰੂਰ ਦੇਖਾਂਗੇ ਅਭੀ ਮੈਂ ਮੈਂ ਦੱਸ ਰਿਹਾ ਮੇਰੇ ਤੋਂ ਭਾਵੇਂ ਕੋਰੇ ਕਾਗਜ਼ ਤੇ ਲਿਖਾ ਲੋ ਮੈਂ ਬਹੁਤ ਕੁਝ ਕਰੂੰਗਾ ਬਹੁਤ ਕਮਾਲ ਕਰੂੰਗਾ ਥੈਂਕ ਯੂ ਸੋ ਮਚ ਪੰਜ ਸਰ ਬਾਅਦ ਜਦੋਂ ਅਭਿਸ਼ਕ ਕਮਾਲ ਕਰੂਗਾ ਮੈਂ ਉਹ 80 ਇਅਰ ਚੈਲੰਜ ਕਰੂੰਗਾ ਇੰਸਟਾ ਤੇ ਫੇਸਬੁਕ ਤੇ ਜ਼ਰੂਰ ਵੇਖਿਓ ਮੈਂ ਵਧੀਆ ਮੇਰੇ ਫਰੈਂਚ ਕੱਟ ਪਿਆ ਹੋਣਾ ਹੈ ਮੇਰੀ ਲੁੱਕ ਬੜੀ ਵਧੀਆ ਮੈਂ ਇਵਨ ਕੀ ਅਪਲੋਡ ਕਰਤੀ ਆਪਣੇ ਫੇਸਬੁਕ ਅਕਾਊਂਟ ਤੇ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਤੁਸੀਂ ਮੇਰਾ ਫੇਸਬੁਕ ਤੇ ਇੰਸਟਾਗ੍ਰam ਚੈੱਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਅੱਛਾ ਠੀਕ ਹੈ ਮੈਂ ਗੱਲ ਇਹ ਕਰ ਰਹੀ ਸੀ ਕਿ ਕਈ ਲੋਕ ਕਹਿੰਦੇ ਵੀ ਜਿਹੜੇ ਲੇਜੀ ਪੀਪਲ ਹਨ ਉਹ ਕੁਝ ਨਹੀਂ ਕਰ ਸਕਦੇ ਬਟ ਹੁੰਦਾ ਕੀ ਹੈ ਜ਼ਿੰਦਗੀ ਦੇ ਵਿੱਚ ਜਿਹੜੇ ਲੇਜੀ ਪੀਪਲ ਹੁੰਦੇ ਨਾ ਉਹਨਾਂ ਨੂੰ ਕੀ ਹੁੰਦਾ ਉਹਨਾਂ ਨੂੰ ਤਿੰਦਰ ਦਿਮਾਗ 'ਚ ਕੁਝ ਨਾ ਕੁਝ ਚੱਲਦੀ ਰਹਿੰਦਾ ਵੀ ਜੇ ਉਹਨਾਂ ਨੇ ਕੋਈ ਕੰਮ ਕਰਨਾ ਨਾ ਯਾਰ ਇਹਦਾ ਸੌਖਾ ਤਰੀਕਾ ਕੀ ਨਿਕਲੂਗਾ ਕੰਮ ਕਰਨ ਤਾਂ ਕਿ ਮੈਂ ਜਲਦੀ ਕਰ ਲਵਾਂ ਹੈਨਾ ਉਹ ਇਹ ਸੋਚੀ ਉਹਨਾਂ ਦਾ ਦਿਮਾਗ ਜ਼ਿਆਦਾ ਚੱਲਣ ਲੱਗ ਜਾਂਦਾ ਕ੍ਰੀਏਟਿਵ ਹੋਣ ਲੱਗ ਜਾਂਦਾ ਮਾਈਂਡ ਉਹਨਾਂ ਦਾ ਕਿ ਯਾਰ ਸਭ ਤੋਂ ਈਜ਼ੀਐਸਟ ਵੇ ਕੀ ਹੈ ਇਸ ਚੀਜ਼ ਨੂੰ ਕਰਨ ਦਾ ਜਿਵੇਂ ਕਿ ਅਸੀਂ ਕਈ ਵਾਰ ਕੋਈ ਕੰਮ ਚੀਜ਼ ਕਰਨੀ ਹੋਵੇ ਬਟ ਆਪਾਂ ਕੀ ਕਰਦੇ ਯਾਰ ਨਾ ਹੀ ਕਰਨੀ ਬੋਵੇ ਤਾਂ ਚੰਗੀ ਹੈ ਤੇ ਆਪਾਂ ਕੋਈ ਤਰੀਕਾ ਲੱਭ ਲੈਂਦੇ ਆ ਹਰ ਹੋਲੀ ਜੀ ਹੋ ਗਏ ਵੀ ਯਾਰ ਚਲਾ ਚਿਤ ਕਰਦੇ ਨੇ ਕੰਮ ਖਤਮ ਹੋ ਜਾਊਗਾ ਤੇ ਮੈਨੂੰ ਲੱਗਦਾ ਵੀ ਜਿਹੜੇ ਲੇਜੀ ਪੀਪਲ ਹੁੰਦੇ ਨੇ ਸਭ ਤੋਂ ਜ਼ਿਆਦਾ ਕ੍ਰੀਏਟਿਵ ਹੁੰਦੇ ਨੇ ਉਹ ਜਿਵੇਂ ਕਿ ਮੈਂ ਬਹੁਤ ਅਦਿਆ ਬਹੁਤ ਅਦਿਆ ਮੈਂ ਬੜਾ ਇਨਸਪਾਇਰ ਹਾਂ ਨੂੰ ਜੀ ਤੁਹਾਡੇ ਤੋਂ ਬਹੁਤ ਬਹੁਤ ਮਤਲਬ ਕੀ ਕਹਾਂ ਤੁਹਾਨੂੰ ਮੈਂ ਕਿਆ ਬਾਤ ਹੈ ਤੂੰ ਹੀ ਨਾ ਮੇਰਾ ਇੱਕ ਦੋਸਤ ਸੀ ਅਸੀਂ ਮੈਮਰੀ ਸਰ ਤੋਂ ਬਿਲੋਂਗ ਕਰਦਾ ਤੇ ਉਥੇ ਅੰਮ੍ਰਿਤਸਰ ਦੇ ਨਾ ਉਥੇ ਹੈ ਗਿਆ ਪੰਜਾਬ ਨਾਟਸ਼ਾਲਾ ਉਥੇ تھی theater ਆ ਤੇ ਉਥੇ ਪਰਫਾਰਮ ਕੀਤਾ ਜਾਂਦਾ ਬੜੇ ਦੂਰੋਂ ਦੂਰੋਂ ਬੰਬਈ ਤੱਕ ਤੋਂ ਉਥੇ ਐਕਟਰਸ ਹੁੰਦੇ ਨੇ ਪਰਫਾਰਮ ਕਰਦੇ ਨੇ ਨਾਟਕ ਕਰਦੇ ਨੇ ਉਹਨੂੰ ਨਾਟਸ਼ਾਲਾ ਕਿਹਾ ਜਾਂਦਾ ਸੋ ਮੇਰਾ ਦੋਸਤ ਸੀ ਉਹ ਕਹਿੰਦਾ ਯਾਰ ਮੈਂ ਵੀ ਨਾਲ ਸ਼ਾਲਾ ਨੂੰ ਟੱਕਰ ਦੇਣੀ ਮੈਂ ਵੀ ਇਦਾਂ ਦਾ ਥੀਏਟਰ ਬਣਾਉਣਾ ਉਹਦਾ ਮੈਂ ਨਾਂ ਰੱਖਣਾ ਸੁਸਤੀ ਸ਼ਾਲਾ ਕਿਉਂ ਮੈਂ ਕਿਹਾ ਇਦਾਂ ਕਿਉਂ ਕਹਿੰਦਾ ਵੀ ਇੱਥੇ ਜਿਹੜਾ ਵੀ ਕੋਈ ਦੂਰੋਂ ਦੂਰੋਂ ਆਵੇ ਇੱਥੇ ਆ ਕੇ ਕਹਿੰਦਾ ਵੀ ਰਾਜ ਕੇ ਪਹਿਲਾਂ ਤੇ ਸੁਸਤੀ ਪਾਓ ਸੌਂ ਜੋ ਸਾਰੇ ਇੱਥੇ ਆ ਕੇ ਸਭ ਦੁਨੀਆ ਦੀ ਜਿੰਨੀ ਵੀ ਤਕਾਬਟ ਹੈਗੀ ਨਾ ਇੱਥੇ ਆ ਕੇ ਤੁਸੀਂ ਕੱਢੋ ਇੱਥੇ ਆ ਕੇ ਮੈਂ ਬਿਸਤਰੇ ਵਿਛਾ ਦੇਨੇ ਤੁਹਾਡੇ ਐਸੇ ਸੁਸਤੀ ਸ਼ਾਲਾ ਤੇ ਨੀਂਦਾ ਪੂਰੀਆ ਕਰੋ ਆਪਣੇ ਰਾਜ ਕੇ ਤੇ ਮੈਂ ਉਹਦਾ ਮਾਲਕ ਬੰਨਾ ਚਾਹੁੰਗਾ ਮੈਂ ਚਾਹੁੰਦਾ ਵੀ ਲੋਕੀ ਮੈਨੂੰ ਦਵਾਵਾ ਦੇਣ ਮੈਨੂੰ ਸੁਸਤੀ ਸੁਸਤੀ ਹੋਣੀ ਚਾਹੀਦੀ ਅੱਜ ਤੁਹ ਉਹ ਗਿਨੀਸ ਰਿਕਾਰਡ ਵੀ ਬਣਾਇਆ ਕਿਸ ਨੇ ਸਭ ਤੋਂ ਜ਼ਿਆਦਾ ਸੌਂਚ ਅੱਛਾ ਜੀ ਕਿੰਨਾ ਇਦਾਂ ਦੇ ਰਿਕਾਰਡਸ ਵੀ ਹੈਗੇ ਆ ਬੱਲੇ 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 ਔਰ ਇਦਾਂ ਦੇ ਕੰਪੀਟੀਸ਼ਨਸ ਵੀ ਹੁੰਦੇ ਆ ਬਾਹਰ ਸੌਣ ਵਾਲੇ ਵੀ ਕੌਣ ਸਭ ਤੋਂ ਜ਼ਿਆਦਾ ਸੌਊਗਾ ਮੇਰੇ ਕਈ ਦੋਸਤ ਨੇ ਜਿਹੜੇ ਇਦਾਂ ਦੇ ਨੇ ਜੋ ਕਰ ਸਕਦੇ ਨੇ ਮੈਨੂੰ ਇਹੀ ਨਾਟਕ ਤੋਂ ਗੱਲ ਯਾਦ ਆ ਗਈ ਅਸੀਂ ਨਾਟਕ ਕਰਦੇ ਸੀ ਇੱਕ ਤੇ ਉਹਦੇ ਚ ਕੀ ਹੁੰਦਾ ਸੀ ਸਟੇਜ ਤੇ ਨਾ ਲਾਸ਼ਾਂ ਵਿਛੀਆਂ ਹੁੰਦੇ ਸੀ ਤੇ ਇੱਕ ਹੀਰੋ ਆਉਂਦਾ ਸੀ ਉੱਥੇ ਉਹਨੇ ਕਿ ਰੱਥ ਤੇ ਚੜ੍ਹੇ ਹੋਣਾ ਤੇ ਉਹਨੇ ਰੱਥ ਨੇ ਉਹ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਜਾਣਾ ਅੱਛਾ ਸੋ ਕੀ ਹੁੰਦਾ ਸੀ ਅ ਥੀਏਟਰ ਦੇ ਵਿੱਚ ਹੁੰਦਾ ਫਸਟ ਬੈਲ ਹੁੰਦੀ ਥੈਨ ਸੈਕੰਡ ਬੈਲ ਥੈਨ ਥਰਡ ਬੈਲ ਥਰਡ ਬੈਲ ਮਤਲਬ ਜਿੱਦਾਂ ਕੈਮਰਾ ਦੀ ਲਾਈਨ ਚ ਗਈਗੀ ਐਕਸ਼ਨ ਕਹਿਤਾ ਹੁਣ ਰੋਲ ਹੈ ਕਰੋ ਹੁੰ ਜਿਹੜੀ ਲਾਸ਼ਾਂ ਹੁੰਦੀਆਂ ਸੀ ਉਹਨਾਂ ਨੇ 5 10 ਮਿੰਟ ਉਹਨਾਂ ਚਾਹੀਦੇ ਹੁੰਦੇ ਸੀ ਫੋਕਸ ਕਰਨ ਵਾਸਤੇ ਵੀ ਹੁਣ ਇਸ ਤੋਂ ਬਾਅਦ ਸਾਡਾ ਰੋਲ ਆ ਸੋ ਇੱਕ ਦਿਨ ਕੀ ਹੋਇਆ ਰਿਹਾ ਸਲਮੇ ਨੇ ਸਾਡੀ ਸਾਰੇ ਟੀਚਰ ਜ਼ਾਹਿਰਿਆ ਸਲੋਂ ਲੱਗੀ ਤੇ ਅਸੀਂ ਉਹਦੋਂ ਵਾਰਮ ਅਪ ਕੁਝ ਜ਼ਿਆਦਾ ਹੀ ਕਰ ਲਿਆ ਤੇ ਉਸ ਤੋਂ ਬਾਅਦ ਜਿਹਨਾਂ ਨੇ ਲਾਸ਼ਾਂ ਦਾ ਰੋਲ ਕਰਨਾ ਹੈ ਉਹ ਉਹਦੇ ਲੰਮੇ ਪੈ ਕੇ ਕਿਤੇ ਸਟੇਜ ਤੇ ਤੇ ਆਵਾਜ਼ ਆ ਗਈ ਤੇ ਮੇਰਾ ਪਹਿਲਾ ਸੱਦਾ ਟੀਮ ਨੰਬਰ 2 ਨੂੰ ਫਰਸਟ ਬੈਲ ਹੋ ਗਈ ਤਾਂ ਦੂਸਰਾ ਸੱਦਾ ਤੀਸਰਾ ਤੇ ਆਖਰੀ ਸੱਦਾ ਆ ਉਹ ਜਿਹਦਾ ਰੋਲ ਸੀ ਮੇਨ ਰੋਲ ਉਹ ਰੱਤ ਤੇ ਆ ਜਾਂਦਾ ਛੜਦਾ ਐ ਪੂਰਾ ਫੀਲ ਲੈ ਕੇ ਵੀ ਮਹਾਰਾਜ ਅਸ਼ੋਕੀ ਜੈ ਹੋ ਜਾਓ ਤੇ ਜਿਹੜੀ ਲਾਸ਼ਾਂ ਸੀ ਉਹ ਥਕੀਆਂ ਬਈ ਸੌ ਗਈਆਂ ਤੇ ਉਹ ਰੱਤ ਲੰਘ ਕੇ ਵੀ ਚੱਲ ਗਿਆ ਉਧਰ ਉਧਰ ਵੀ ਹੁਣ ਲਾਸ਼ਾਂ ਉੱਠਣੀਆਂ ਲਾਸ਼ਾਂ ਬੋਲੂਆਂ ਕੁਝ ਹੋਊਗਾ ਕੋਈ ਹਲਚਲ ਹੋਗੀ ਉਹ ਡਾਇਲੌਗ ਜਿਹੜਾ ਜਿਹੜੇ ਜਿਹੜੇ ਬੰਦੇ ਦਾ ਹੋਇਆ ਨਹੀਂ ਤੇ ਬੋਲਦਾ ਹੁਣ ਉਹ ਵੇਖੇ ਇਧਰ ਉਧਰ ਵੀ ਗੋਲੂ ਟੇ ਗੋਲੂ ਟੇ ਇੱਕ ਅੱਧਾ ਮੈਦਾ ਲਾਲ ਜਾਗਦਾ ਵੀ ਪਿਆ ਸੀ ਉਹਨੇ ਕਿਹਾ ਵੀ ਮੈਂ ਇਕੱਲਾ ਉੱਠਾਂ ਬਾਕੀ ਸੌਂ ਗਏ ਆ ਉਹ ਕਹਿੰਦਾ ਵੀ ਭਲਾਈ ਇਹਦੇ ਚ ਆ ਵੀ ਸਾਰੇ ਸੁੱਤੇ ਤੂੰ ਸੁੱਤਾ ਤੇ ਉਹ ਜਿਹੜਾ ਐਕਟਰ ਵੀ ਜਾ ਰ ਆਪਣਾ ਡਾਇਲੌਗ ਡੋਲਗ ਬੋਲ ਕੇ ਤੇ ਚੱਲ ਚੱਲ ਗਿਆ ਤੇ ਪੂਰੇ 2-3 ਮਿੰਟ ਵਾਸਤੇ ਸਟੇਜ ਤੇ ਸ਼ਾਂਤੀ ਰਹੀ ਵੀ ਹੁੰਦਾ ਕਿ ਇਹ ਹਲਚਲ ਮਨੋ 2-3 ਮਿੰਟ ਹਾਂ ਸ਼ਾਂਤੀ ਰਹੀ ਪਿੱਛੋਂ ਜਿਹੜੇ ਸਾਡੇ 뮤직 ਟੀਮ ਹੀ ਉਹਨਾਂ ਨੇ ਥੋੜਾ 뮤직 베이스 ਬੂਸ ਥੋੜਾ ਵਜਾਉਣਾ ਥੋੜਾ ਤਬਲੇ ਤੁਬਲੇ ਤੇ ਥੋੜਾ ਇੰਪਰੋਵਾਈਜ਼ ਕਰਨਾ ਵੀ ਟੀਚਰਸ ਪ੍ਰੋਫੈਸਰ ਬੈਠੇ ਆ ਸੁਸਤੀ ਪਾਈ ਨੇ ਐਕਟਰਾਂ ਨੇ ਤੇ ਜਿਹੜਾ ਉਹ ਇੱਕ ਐਕਟਰ ਉੱਠਿਆ ਪਏ ਉਹਨੇ ਥੋੜਾ ਖੰਗੂ ਰਾਜਾ ਮਾਰਾ ਜੀ ਕਿਤੇ ਵੀ ਉਠੋ ਸੋ ਨੋ ਰੋਲ ਹੁਣ ਡਾਇਰੈਕਟਰ ਹੀ ਉਹਨੂੰ ਤੇ ਪਤਾ ਲੱਗ ਗਿਆ ਵੀ ਇਹ ਮੇਰੇ ਐਕਟਰ ਇਥੇ ਗੱੱਚਾ ਖਾ ਗਏ ਝੋਲ ਖਾ ਗਏ ਹੁਣ ਬਾਕੀ ਟੀਚਰਸ ਕਹਿੰਦੇ ਕੀ ਆ ਮਤਲਬ ਕੀ ਸੀਨ ਬਣਾਤਾ ਕੀ ਮਤਲਬ ਕੀ ਆ ਮਤਲਬ ਇਹਦੇ ਅਰ ਗਾਦੇ ਸੀਨ ਕੋਈ ਨਹੀਂ ਹੁਣ ਉਹਨਾਂ ਨੂੰ ਕੀ ਪਤਾ ਸੁਸਤੀ ਪਾਈ ਹੋਈ ਨੇ ਥੋੜਾ ਖੰਗੂ ਰਾਜਾ ਮਾਰਾ ਉੱਠੇ ਆ ਕਰਦੇ ਹਾਂ ਹਾਂ ਉਹ ਵੇਖਣ ਵੀ ਆਊਗਾ ਲਦਾ ਸ਼ੋਹ ਨੂੰ ਉੱਤੇ ਸਾਡੇ ਰੱਥ ਲੰਗੂਗਾ ਪਰ ਉਹਨੇ ਹੌਲੀ ਜਿਹਾ ਇਸ਼ਾਰਾ ਕਰ ਦਿੱਤਾ ਚੱਲ ਗਿਆ ਚੱਲ ਗਿਆ ਤੂੰ ਹੀ ਕੁਝ ਬੋਲ ਬਾਰ ਕਹਦੇ ਚਲੋ ਉਹ ਵੀ ਵਿਚਾਰੇ ਉੱਥੇ ਮੌਕੇ ਦੇ ਜੋਰ ਨਾਲ ਸੱਜਾ ਕਰ ਕਰਾ ਕੇ ਚਲੇ ਗਏ ਤੇ ਟੀਚਰਸ ਕਹਿੰਦਾ ਵਾ ਵਾ ਕਿਆ ਸੀ ਨਾ ਕਿਆ ਸੀ ਰਹਾ ਤੇ ਕਿਆ ਹੈ ਜ਼ਿੰਨਤ ਹੈ ਉਤੋਂ ਬਾਅਦ ਜੋ ਡਾਇਰੈਕਟਰ ਨੇ ਗਲ ਮੰਦਾ ਕੀਤਾ ਕਹਿੰਦਾ ਵੇ ਦਹੋ ਹੋ ਜਾਂਦੇ ਹਿੰ ਪੀਨ ਨਾਟਕ ਨਹੀਂ ਕਰਦੇ ਸੁਸਤੀ ਇਹ ਤੇ ਤੂੰ ਹੀ ਐਕਟਰ ਨੀ ਜਬਾਤ ਐਸੋ ਮੈਨੂੰ ਸੁਸਤੀ ਦਾ ਇੱਕ ਬੜਾ ਸੀਨ ਯਾਦ ਆ ਮੈਨੂੰ ਲੱਗਦਾ ਸਾਂਝਾ ਕਰਨਾ ਚਾਹੀਦਾ ਸੋ ਕਦੀ ਕਦੀ ਇਦਾਂ ਜਾਂਦੇ ਜੂ ਆਪਾਂ ਜ਼ਿਆਦਾ ਹੀ ਸੁਸਤਾ ਲੈਨੇ ਨਾ ਖਾਸ ਕਰ ਐਸੇ ਮੌ ਇਹਤੇ ਨਹੀਂ ਸੁਸਤਾਣਾ ਚਾਹੀਦਾ ਇਹ ਬੜੀ ਚੰਗੀ ਗੱਲ ਹੁੰਦੀ ਹੈ ਆਪਣਾ ਸੁਸਤਾਣਾ ਸੁਸਤਾ ਹੋਏ ਰੱਜ ਕੇ ਸੁਸਤਾ ਪੂਰੀ ਆਖੜੀਆਂ ਲੋ ਪਰ ਸ਼ੋ ਟਾਈਮ ਜਾਂ ਸ਼ੋ ਤੋਂ ਪਹਿਲਾਂ ਤੁਸੀਂ ਸੌ ਨਹੀਂ ਸਕਦੇ ਨੂੰ ਘਾੜਾ ਸੀ ਅੱਛਾ ਇਹ ਟੌਂਟ ਐਡੀ ਵੱਡੀ ਮੇਰੇ ਤੇ ਮਾਰੀ ਗਈ ਹੈ ਹਾਂ ਕੋਈ ਗੱਲ ਨਹੀਂ ਕਿਉਂਕਿ ਇੱਥੇ ਜਿਹੜਾ ਵੇਲਾ ਹੋ ਗਿਆ ਹੋ ਗਿਆ ਬ੍ਰੇਕ ਦਾ ਤੇ ਬ੍ਰੇਕ 'ਚ ਮੈਂ ਦੇਖਦੀ ਆ ਵੀ ਅਭਿਸ਼ੇਕ ਮਾੜੀ ਜੀ ਨੇ ਅੱਖ ਇਦਾਂ ਵੀ ਲਗਾਈ ਨਾ ਫੇਰ ਮੈਨੂੰ ਦੱਸੂਗਾ ਕਿ ਬ੍ਰੇਕ 'ਚ ਸੌਂਦੇ ਕਿਵੇਂ ਮੈਂ ਕਰਕੇ ਮੈਂ ਕਦੀ ਸੁੱਤਾ ਨਹੀਂ ਬ੍ਰੇਕ 'ਚ ਤੁਸੀਂ ਬ੍ਰੇਕ 'ਚ ਆਓ ब्रेक तो मिलਾ ਬਾਬੇ ਸਮਸੋ ਜਮਾ ਸੋ ਜੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਕਿਉਂਕਿ ਬ੍ਰੇਕ ਦਾ ਵੇਲਾ ਹੋ ਗਿਆ ਤੇ ਇਹ ਗੱਲ ਕਰਦੇ ਹਾਂ ਇਦਾਂ ਹੀ ਦਿਲ ਦੀਆਂ ਗੱਲਾਂ ਕਰਾਂਗੇ ਅਨੂ ਤੇ ਅਭਿਸ਼ੇਕ ਦੇ ਨਾਲ ਤੇ ਅੱਜ ਗੱਲ ਕਰਦੇ ਪਏ ਆ ਸੁਸਤੀ ਤੇ ਜਿਹਨੂੰ ਬੋਲਦੇ ਆ ਸੁਸਤੀ ਚੜ ਜਾਂਦੀ ਹੈ ਸੋ ਤੁਸੀਂ ਵੀ ਥੋੜੀ ਜਿਹਾ ਸੁਸਤ ਹਾਲੋ ਅਸੀਂ ਆਗੇ ਤੁਹਾਡੇ ਸੁਸਤਾਨ ਤੋਂ ਬਾਅਦ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਜੀ ਅਭਿਸ਼ੇਕ ਤੇ ਅੱਜ ਜਿਹੜਾ ਟਾਪਿਕ ਚੱਲ ਰਿਹਾ ਅਨੂ ਜੀ ਦੇ ਨਾਲ ਉਹ ਦਿਲ ਦੀਆਂ ਗੱਲਾਂ ਦੇ ਵਿੱਚ ਚੱਲ ਰਿਹਾ ਜੀ ਸੁਸਤੀ ਸੁਸਤੀ ਕਿੱਦਾਂ ਪਾਈਦੀ ਹੈ ਕਿੰਨਾ ਪ੍ਰਕਾਰ ਦੀ ਹੁੰਦੀ ਤੇ ਕਿਵੇਂ-ਕਿਵੇਂ ਪੈਂਦੀ ਹੈ ਇਹ ਵਿਸਤਾਰ ਸਹਿਤ ਹੁਣ ਦੱਸਣਗੇ ਅਨੁਕੋੜਾ ਜੀ ਤੇ ਮੈਂ ਦੱਸਦੀ ਹਾਂ ਕਿ ਅਭਿਸ਼ਕ ਬ੍ਰੇਕ ਦੇ ਵਿੱਚ ਸੋਇਆ ਸੀ ਅੱਛਾ ਜੀ ਕੀ ਪ੍ਰੂਫ ਹੈ ਉਹੀ ਤੇ ਐ ਪ੍ਰੂਫ ਹੀ ਤਾਂ ਹੈ ਨਹੀਂ ਬਸ ਫੇਰ ਇਹਦੇ ਮੈਂ ਫੋਟੋਆਂ ਖਿੱਚ-ਖਿੱਚ ਦਿਖਾਣੀਆਂ ਸੀ ਲੋਕਾਂ ਨੂੰ ਦਿਖਾਓ ਇਹ ਚੀਜ਼ ਹੈ ਬਸ ਫਿਰ ਠੀਕ ਹੈ ਇਹ ਮੁਰਾਦ ਗਈ ਬਾਤ ਗਈ ਜੋ ਗੱਲ ਹੈ ਹੀ ਨਹੀਂ ਤੇ ਐਵੇਂ ਗੱਲਾਂ ਬਾਤਾਂ ਚ ਤੁਸੀਂ ਨਾ ਦਿਨ ਨੂੰ ਰਾਤ ਰਾਤ ਨੂੰ ਦਿਨ ਨਾ ਬਣਾਓ ਜਿਵੇਂ ਅਭਿਸ਼ੇਕ ਨਹੀਂ ਸੁੱਤਾ ਮਤਲਬ ਨਹੀਂ ਸੁੱਤਾ اچھا ਆਪਾਂ ਸੁਸਤੀ ਦੀ ਗੱਲ ਕਰਦੇ ਹਾਂ ਜਿੱਦਾਂ ਦੱਸਿਆ ਨਾ ਆਪਣੇ ਦੋਸਤ ਦਾ ਕਹਿੰਦਾ ਮੈਂ ਸੁਸਤੀ ਸ਼ਾਲਾ ਬਣਾਉਣੀ ਹੈ ਤੇ ਉਹਦਾ ਕਨਸੈਪਟ ਅਸਲੀ ਕਨਸੈਪਟ ਪਤਾ ਕੀ ਸੀ ਐਕਚੁਅਲੀ ਉਹ ਥੀਏਟਰ ਐਕਟਰ ਆ ਤੇ ਐਕਟਿੰਗ ਕਰਦਾ ਨਾਟਕ ਕਰਦਾ ਤੇ ਕਹਿੰਦਾ ਵੀ ਜਿਹੜੇ ਸੁਸਤ ਹੁੰਦੇ ਐਕਟਰ ਨਹੀਂ ਕਦੀ ਬਣ ਸਕਦੇ ਉਹਨੇ ਵੀ ਪੱਲੇ ਬਣ ਲਈ ਗੱਲ ਕਹਿੰਦਾ ਮੈਂ ਸੁਸਤੀ ਸ਼ਾਲਾ ਬਣਾਉਣੀ ਦੁਨੀਆ ਜਰਮਨੀ ਇਟਲੀ ਰੋਮ ਪੈਰਿਸ ਇੰਗਲੈਂਡ ਸਾਰੇ ਨੂੰ ਇੱਥੇ ਮੈਂ ਸਵਾਦ ਦੇਣਾ ਸਾਰੇ ਮੇਰੇ ਕੰਪੀਟੀਟਰਸ ਆ ਸਭ ਨੂੰ ਮੈਂ ਇੱਥੇ ਸਵਾਦ ਦੇਣਾ ਸਭ ਨੂੰ ਸੁਸਤੀ ਪਾ ਦੇਣੀ ਦੁਨੀਆ ਜੇ ਫਿਰ ਇੱਕੋ ਮਹਾਨ ਐਕਟਰ ਹੈ ਜਿਹੜਾ ਮੈਂ ਕਹਿੰਦਾ ਮੇਰਾ ਮੇਰਾ ਦਿਮਾਗ ਆ ਇਹ ਮੈਂ ਸਭ ਸੁਸਤੀ ਨਾਲ ਇੱਕ ਇਨਵੈਸਟਮੈਂਟ ਹੈ ਮੇਰੀ ਵੀ ਸਾਰੇ ਬੈਕਾਂ ਹੀ ਸਵਾਦ ਦੇ ਨੇ ਸਭ ਨੂੰ ਸੁਸਤੀ ਪਾ ਦੇਣੀ ਵੀ ਬਾਸ ਹੁਣ ਤੁਸੀਂ ਸੁੱਤੇ ਰਹਿਣਾ ਇੱਥੇ ਨਹੀਂ ਕਿ ਮੈਂ ਕਹਾਂ ਨਾ ਕਿ ਸੁਸਤ ਲੋਕ ਬੜੇ ਕ੍ਰੀਏਟਿਵ ਹੁੰਦੇ ਨਹੀਂ ਉਹ ਸੁਸਤ ਨਹੀਂ ਉਸ ਸੁਸਤ ਨਹੀਂ ਆ। ਅੱਛਾ ਬਾਕੀਆਂ ਨੂੰ ਸੁਸਤ ਬਣਾਉਂਗਾ। ਹਾਂ ਉਹ ਕਹਿੰਦਾ ਵੀ ਬਾਕੀਆਂ ਨੂੰ ਮੈਂ ਸੁਸਤ ਬਣਾ ਕੇ ਤੇ ਆਪ ਮੈਂ ਕਹਿੰਦਾ ਵੀ ਮੈਂ ਬਸ ਮੈਂ ਰਾਜ ਕਹਿੰਦਾ ਮੈਂ ਹੀ ਐਕਟਿੰਗ ਕਰਨੀ। ਆਪੂ ਮੈਂ ਡਾਇਰੈਕਟਰ ਆ, ਆਪੂ ਮੈਂ ਐਡੀਟਰ, ਆਪੂ ਮੈਂ ਐਕਟਰ ਆ, ਸਭ ਕੁਝ ਮੈਂ ਆ ਪ੍ਰੋਡਿਊਸਰ ਆ ਤੇ ਮੇਰੀ ਲੋਕੇਸ਼ਨ ਆ, ਸਭ ਕੁਝ ਮੈਂ ਹੀ ਕਰਨਾ। ਅੱਛਾ। ਹੂੰ। ਕਰ ਵੀ ਲੇਗਾ ਮੈਨੂੰ ਲੱਗਦਾ ਜਿਸੇ ਸਾਹਮਣੇ ਲੋਕ ਨੇ ਪੂਰੀ ਪਲੈਨਿੰਗ ਕੀਤੀ ਹੋਈ ਹੈ ਨਾ ਜਰਨਲ ਹੀਟ ਲਈ ਤੇ ਬੁਲਬੁਲਾ ਕੇ। ਕਰ ਲੈ। ਕਰ ਲੈ ਤੇ ਵਾਹ ਭਲਾ ਜਿਉ ਦੇਖ ਰਿਹਾ ਤੇ ਭਰਾ ਕਿ ਨੂੰ ਦੁਵਾਵਾ ਮੇਰੇ ਨੂੰ ਅੱਛਾ ਹੁਣ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਲੇਜ਼ੀਨੈਸ ਤੇ ਅਸੀਂ ਜਿਹੜੀ ਗੱਲਾਂ ਕਰ ਰਹੇ ਹਾਂ ਉਹਦੇ ਫੇਵਰ ਚ ਗੱਲਾਂ ਕਰੀ ਜਾ ਰਹੇ ਹਾਂ ਬਟ ਗੱਲ ਅਸਲੀ ਕੀ ਹੈ ਕਿ ਜਿਹੜੀ ਲੇਜ਼ੀਨੈਸ ਉਹਨੂੰ ਛੱਡਾਂਗੇ ਅਸੀਂ ਤਾਂ ਹੀ ਕੁਝ ਕੰਮ ਜਿਹੜਾ ਹੈ ਅਸੀਂ ਕਰ ਪਾਵਾਂਗੇ ਜ਼ਿੰਦਗੀ ਦੇ ਵਿੱਚ ਜਿਹੜੇ ਸਿਆਣੇ ਕਹੇ ਨੇ ਐਵੇਂ ਹੁਣ ਜੇ ਅਸੀਂ ਮੈਂ ਆਪਣੇ ਪਾਪਾ ਦੀ ਗੱਲ ਸਿਆਣੇ ਕਹੇ ਨੇ ਮੇਰੇ ਵੱਲ ਇਸ਼ਾਰਾ ਕੀਤਾ ਨੇ ਆਪੇ ਮੈਂ ਕਿ ਜਿਹੜੇ ਸਿਆਰੇ ਕਹਿ ਗਏ ਨੇ ਐ ਇੱਧਰ ਨੂੰ ਇਸ਼ਾਰਾ ਹੈ ਮੇਰਾ ਇੱਧਰ ਤੇ ਕੋਈ ਕੋਈ ਬੈਠਾ ਹੋਣਾ ਕੋਈ ਸਾਈਡ ਤੇ ਚਲੋ ਤੇ ਜੇ ਸਿਆਰੇ ਕਹਿ ਗਏ ਨੇ ਸਾਨੂੰ ਵੀ ਜੇ ਮੇਰੇ ਪਾਪਾ ਦੀ ਮੈਂ ਗੱਲ ਕੀਤੀ ਜਿਵੇਂ ਕਿ ਸਵੇਰੇ ਸੁੱਟੇ-ਬੁੱਟੇ ਬੈਠ ਜਾਂਦੇ ਨੇ ਅਗਲੇ ਨੂੰ ਮੈਂ ਹੁੰਦਾ ਵੀ ਕੋਈ ਜਿਵੇਂ ਕੋਈ ਕੰਮ ਆਊਗਾ ਤੇ ਆਪਾਂ ਕੰਮ ਕਰ ਲਾਂਗੇ ਜੇ ਅਸੀਂ ਬੈਠੇ ਸੋਚਦੇ ਹੀ ਰਹਿੰਦੇ ਆ ਨਾ ਵੀ ਹਏ ਕੋਈ ਕੰਮ ਆਊਗਾ ਉਹ ਦੋ ਕਰ ਲਵਾਂਗੇ ਉਦੋਂ ਨੂੰ ਟਾਈਮ ਵੀ ਨਿਕਲ ਜਾਂਦਾ ਹੈ ਤਸੀਂ ਸੁਸਤੀ ਸੁਸਤੀ ਦੇ ਵਿੱਚ ਜਿਹੜਾ ਹੈ ਆਪਣਾ ਬਹੁਤ ਕੀਮਤੀ ਕਈ ਵਾਰ ਇੰਪੋਰਟੈਂਟ ਜਿਹੜਾ ਟਾਈਮ ਹੈ ਉਹਨੂੰ ਲੂਜ਼ ਕਰ ਦਿੰਨੇ ਆਪਣੇ ਹੱਥਾਂ ਦੇ ਵਿੱਚੋਂ ਫ ਮਤਲਬ ਨਿਕਲ ਜਾਂਦਾ ਹੈ ਉਹ ਸਾਡੇ ਹੱਥਾਂ ਤੋਂ ਜਿਹੜਾ ਮੁੜ ਕੇ ਕਦੀ ਵਾਪਸ ਆ ਵੀ ਨਹੀਂ ਸਕਦਾ ਮੈਂ ਕਹਾਣੀ ਸੁਣਾਉਣਾ ਤਿੰਨ ਚਾਰ ਸ਼ਬਦਾਂ ਦੀ ਬਿਲਕੁਲ ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ ਇਹ ਵਾਂਸ देयर ਵਾਸ ਅ ਐਕਟਿਵ ਬாய் ਅੱਛਾ ਵਾਂਸ देयर ਵਾਸ ਅ ਐਕਟਿਵ ਬாய் ਹੀ ਗਾਟ ਮੋਬਾਈਲ ਫੋਨ ਥੈਨ ਹੀ ਬੀਕਮ ਲੀਜੀ ਥੈਟਸ ਇਟ ਐਕਸਪਲੇਨ ਪਲੀਜ਼ ਇੱਕ ਬੜਾ ਸਿੱਧਾ ਸਦਾ ਐਕਟਿਵ ਜਿਹਾ ਹੈਲਦੀ ਜਿਹਾ ਬੱਚਾ ਸੀ ਫਿਰ ਇੱਕ ਦਿਨ ਉਹਨੂੰ ਮੋਬਾਈਲ ਫੋਨ ਮਿਲ ਗਿਆ ਫਿਰ ਉਹ ਤੋਂ ਬਾਅਦ ਸੁਸਤ ਹੋ ਗਿਆ ਕਿਵੇਂ ਮੋਬਾਈਲ ਫੋਨੋਂ ਕਿ ਮੋਬਾਈਲ ਫੋਨ ਤਾਂ ਲੋਕ ਕਿਉਂ ਨਹੀਂ ਸੁਸਤ ਕਰਦੇ ਬੜੀ ਛੇਤੀ ਸੁਸਤ ਕਰਦੇ ਮੇਰੇ ਮੇਰੇ ਆਪਣੀ ਐਗਜ਼ਾਮਪਲ ਦੇ ਦਿੰਨਾ ਮੇਰੇ ਘਰ ਚ ਕੋਈ ਕੰਮਕੁਮ ਚੱਲਦਾ ਹੋਵੇ ਕੋਈ ਕੰਮ ਹੁੰਦਾ ਮੇਰੇ ਆ ਤੇ ਫੋਨ ਹੋਵੇ ਮੈਨੂੰ ਆਵਾਜ਼ ਪਾਵੇ ਅੱ비 ਇੱਧਰ ਆ ਉਹ ਆਣਾ ਯਾਰ ਕਾ ਛੱਡ ਪਾਣਾ ਚਲੋ ਫੋਨ ਚਲੋ ਆ ਜਾ ਯਾਰ ਉਹ ਨਹੀਂ ਨਹੀਂ ਰੁਕ ਜੋ ਆਉਣਾ 5 ਮਿੰਟ ਹੋ ਜਾ ਬਸ ਕੰਮ ਮੈਂ ਛੋਟਾ ਹੈ ਕੰਮ ਮੈਂ ਫਿਰ ਫੋਨ ਤੇ ਮੈਂ ਸਭ ਵੀ ਖੇਡਦਾ ਮ ਆਏ ਚੇਜ਼ ਹੁੰਦੇ ਕਿਉਂਕਿ ਫੋਨ 'ਚ ਜ਼ਿਆਦਾ ਨਿਗਾ ਲਗਾ ਲੈਂਦੇ ਆ ਨਾ ਜਦੋਂ ਅਸੀਂ ਜ਼ਿਆਦਾ ਟਾਈਮ ਤੱਕ ਫੋਨ ਨੂੰ ਦੇਖਦੇ ਰਹਿੰਦੇ ਆ ਤਾਂ ਸਾਡੀ ਅੱਖਾਂ ਜਿਹੜੀਆਂ ਥੱਕ ਜਾਂਦੀਆਂ ਨੇ ਸਾਨੂੰ ਇਦਾਂ ਲੱਗਦਾ ਵੀ ਸਾਨੂੰ ਨੀਂਦ ਆ ਰਹੀ ਹੈ ਦੁਖਣ ਵੀ ਲੱਗ ਜਾਂਦੀ ਹੈ ਕਈ ਵਾਰ ਅੱਖਾਂ ਜਿਹਦੇ ਕਰਕੇ ਸਾਨੂੰ ਸੌਣ ਦੀ ਲੋੜ ਪੈ ਜਾਂਦੀ ਹੈ ਕਿ ਅਸੀਂ ਥੋੜਾ ਜਿਹਾ ਰੈਸਟ ਕਰ ਲਈਏ ਇਸ ਕਰਕੇ ਉਹ ਹੁੰਦਾ ਤੇ ਫੋਨ ਜਿਹੜੇ ਨੇ ਦੂਸਰੀ ਤਰੀਕੇ ਨਾਲ ਵੀ ਸਾਨੂੰ ਲੇਜੀ ਬਣਾ ਦਿੰਦੇ ਨੇ ਕਿਉਂਕਿ ਸਾਡਾ ਨਾ ਦਿਲ ਲੱਗਿਆ ਰਹਿੰਦਾ ਉਹਦੇ ਵਿੱਚ ਅਸੀਂ ਦੀਨ ਦੁਨੀਆ ਨੂੰ ਭੁੱਲ ਕੇ ਸਿਰਫ ਫੋਨ 'ਚ ਹੀ ਵੜੇ ਰਹਿੰਦੇ ਆ ਅਸੀਂ ਕੋਈ ਗੇਮ ਖੇਡ ਲਈ ਕੋਈ ਕੰਮ ਕਰ ਲਈ ਕੋਈ ਕੁਝ ਜੋ ਤੁਸੀਂ ਜਾਂਦੇ ਨੇ ਇਹਨੂੰ ਵਧੀਆ ਖਾਣਾ ਬਣ ਰਿਹਾ ਕੋਈ ਕੋਈ ਹੈਅਰਸਪਾ ਦੇ ਕੁਝ ਤਰੀਕੇ ਦੱਸੇ ਹੋਏ ਆਂ ਦੇਸੀ ਨੂੰ ਉਸਕੇ ਦੱਸੇ ਉਹ ਸਾਰੀ ਚੀਜ਼ਾਂ ਦੀ ਵੀਡੀਓਜ਼ ਦੇਖੀ ਜਾਣਗੇ ਪਰ ਕਰਨਗੇ ਕੁਝ ਨਹੀਂ ਹੋਣਾ ਕਿੰਨਾ ਕੁ ਚਵੀ ਦੇਣ ਇਹਨੂੰ ਗੋੜਾ ਜੀ ਕੋ ਕਿਆ ਦੁਨੀਆ ਕੋ ਮੀਨ ਹਨਾ ਕਿ ਫੇਸਬੁਕ ਕੋ ਮੀਨ ਇਹਨਾਂ ਨੇ ਮੈਂ ਕਦੀ ਨਹੀਂ ਦੇਖਿਆ ਇਹਨਾਂ ਕੋਸ਼ ਮੈਂ ਸਿਰਫ ਐਂ ਹੀ ਵਸ ਸਟੋਰੀਆਂ ਵੇਖ ਕੇ ਲਾਈਕ ਕਰਕੇ ਸਬਸਕ੍ਰਾਈਬ ਸ਼ੇਅਰ ਕਮੈਂਟ ਬਸ ਜਾਂ ਚੀ ਮਤਲਬ ਉਵੇਂ ਹੀ ਜਿਵੇਂ ਤੁਸੀਂ ਸਪੋਜ਼ ਕਰੋ ਤੁਸੀਂ ਉਹ ਕਰ ਲਿਆ ਲਾਈਕ ਕਮੈਂਟ ਕਰ ਲਿਆ ਬਟ ਇਹ ਵੀ ਫੋਨ ਦੇ ਵਿੱਚ ਬੜੇ ਰਹਿੰਦੇ ਨੇ ਜਦੋਂ ਆਸ-ਪਾਸ ਕੀ ਹੋ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਲੇਜ਼ਨੈ ਬਹੁਤ ਜ਼ਿਆਦਾ ਹੈ ਕਈ ਲੋਕਾਂ ਨੇ ਸੁਸਤੀ ਵਿੱਚ ਆ ਰੱਖਿਆ ਉਹ ਕੰਮ ਕਰਨਾ ਨਹੀਂ ਚਾਹੁੰਦੇ ਵਾਹ ਵਾਹ ਇਹ ਤੇ 100% ਤੁਹਾਡੀ ਗੱਲ ਸੱਚੀ ਹੈ ਵੀ 16 ਨੇ ਗੱਲ ਸੱਚੀ ਤੁਹਾਡੀ ਵੀ ਆਪਾਂ ਰੋਲਾ ਪੈਣੇ ਜੋ ਨਾਰੇ ਲਾਏ ਬੇਰੋਜ਼ਗਾਰੀ ਹਾਏ ਹਾਏ ਸਰਕਾਰ ਹਾਏ ਉਹ ਭਰਾ ਤੁਸੀਂ ਕਿੰਨੇ ਐਕਟਿਵ ਹੋ ਤੁਹਾਨੂੰ ਆਸ-ਪਾਸ ਦੀ ਦੁਨੀਆ ਕਰੰਟ ਅਫੇਅਰਸ ਤੁਹਾਨੂੰ ਕਿੰਨੇ ਕੁ ਪਤਾ ਵਾ ਜਿਹੜੇ ਤੁਸੀਂ ਨਾਰੇ ਲਾ ਰਹੇ ਹੋ ਬੇਰੋਜ਼ਗਾਰੀ ਬੇਰੋਜ਼ਗਾਰੀ ਆਪ ਇਹਨੇ ਕਾਬਿਲ ਬਨੋ ਕਿ ਸਾਹਮਣੇ ਕੰਪਨੀ ਵਾਲੇ ਤੁਹਾਨੂੰ ਕਹਿਣ ਵੀ ਹਾਂ ਯਾਰ ਤੂੰ ਚਾਹੀਦਾ ਮੈਨੂੰ ਤੇ ਤੂੰ ਹੀ ਆ ਬਿਲਕੁਲ ਤੇ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਹੁਣ ਆਪਾਂ ਲੇਜ਼ੀਨੈਸ ਜੇ ਛੱਡਾਂਗੇ ਆਪਾਂ ਲੋਕਾਂ ਨੂੰ ਰੋਲਾ ਪਾਉਂਦੇ ਰਹਿਣੇ ਆ ਯਾਰ ਇਹਨਾਂ ਨੇ ਸਰਕਾਰਾਂ ਨੇ ਨਹੀਂ ਕੰਮ ਕੀਤਾ ਸਰਕਾਰਾਂ ਕੋਲ ਨੌਕਰੀਆਂ ਨਹੀਂ ਦੇਣ ਨੂੰ ਅਸੀਂ ਬੇਰੋਜ਼ਗਾਰ ਆਈਏ ਉਹ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨ ਕਰਦੇ ਕੁਝ ਕ੍ਰੀਏਟ ਕਰਦੇ ਉਹ ਚੀਜ਼ ਬੜੀ ਸਹੀ ਹੁੰਦੀ ਹੈ ਇੱਕ ਮੁੰਡਾ ਇੰਜੀਨੀਅਰਿੰਗ ਦਾ ਹੈਗਾ ਉਹਨੇ ਕੀ ਕੀਤਾ ਹਵਾ ਤੋਂ ਪਾਣੀ ਬਣਾਉਣ ਦੀ ਟੈਕਨੀਕ ਉਹਨੇ ਬਣਾਈ ਹੈ ਉਹ ਇੱਕ ਮਤਲਬ ਬੋਟਲ ਆ ਉਹ ਜਿਹੜੀ ਕਿ ਹਵਾ ਦਾ ਜਿਹੜਾ ਮੋਇਸਚਰ ਹੈ ਉਹਨੂੰ ਕੰਜ਼ਿਊਮ ਕਰਦੀ ਹੈ ਤੇ ਉਹਨੂੰ ਪੀਣ ਵਾਲੇ ਪਾਣੀ ਦੇ ਟੈਲਿਕ ਬਣਾ ਦਿੰਗੇ ਮਤਲਬ ਕਿ ਜੇ ਤੁਸੀਂ ਆਪਣਾ ਦਿਮਾਗ ਲਗਾਉਂਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਦੀ ਨੌਕਰੀ ਹੀ ਕਰਨੀ ਹੈ ਤੁਹਾਨੂੰ ਨੌਕਰੀ ਹੀ ਚਾਹੀਦੀ ਤੁਸੀਂ ਬਿਜ਼ਨਸ ਵੀ ਕਰ ਸਕਦੇ ਹੋ ਆਪਣਾ ਜਾਂ ਐਦਾਂ ਦੀ ਤੁਸੀਂ ਕ੍ਰੀਏਟਿਵ ਚੀਜ਼ਾਂ ਵੀ ਬਣਾ ਸਕਦੇ ਹੋ ਹੱਥਾਂ ਨਾਲ ਬਣਾ ਸਕਦੇ ਹੋ ਜਿਵੇਂ ਜਿਵੇਂ ਤੁਹਾਨੂੰ ਠੀਕ ਲੱਗੇ ਬਟ ਆਪਣਾ ਇਹ ਆ ਵੀ ਆਪਣੇ ਦਿਮਾਗ ਕਿ ਫੋਨ ਚੱਲ ਰਿਹਾ ਤੁਸੀਂ ਇਹ ਕਰ ਲਿਆ ਉਹ ਕਰ ਲਿਆ 크리에ਟਿਵ ਆਈਡੀਆਸ ਤੁਹਾਡੇ ਮਨ ਚ ਉਦੋਂ ਹੀ ਆਦੇ ਜਦ ਤੁਸੀਂ ਕੁਝ ਨਾ ਕੁਝ ਕਰ ਰਹੇ ਹੁੰਦੇ ਹੋ ਆਪਾਂ ਜੇ ਹੁਣ ਕੋਈ ਚੀਜ਼ ਕਰਾਂਗੇ ਉਹਦੇ ਬਾਰੇ ਸਿੱਖਾਂਗੇ ਤਾਂ ਹੀ ਸਾਡੀ ਸਾਡੀ ਨੋਲੇਜ ਜਿਹੜੀ ਹੋ ਇਨਕਰੀਜ਼ ਹੋਏਗੀ ਤੇ ਅਸੀਂ ਅੱਗੇ ਕੰਮ ਕਰ ਸਕਾਂਗੇ ਕੀ ਬਾਤ ਹੈ ਯਾਰ ਵੈਰੀ ਗੁੱਡ ਆਪਾਂ ਵੈਸੇ ਮੈਂ ਲਾਇਆ ਸਾਹਿਬ ਆਪਾਂ ਐਵਰੇਜ ਉਮਰ ਜੇ ਕੱਢੀ ਇਨਸਾਨ ਦੀ 60 ਸਾਲ ਹੈ ਨਾ 30 ਸਾਲ ਦੇ ਆਪਾਂ ਸੌਗੇ ਕੱਢ ਲੈਣੇ ਇੱਕ ਤਰ੍ਹਾਂ ਨਾਲ 12 ਕਿਉਂਕਿ ਅੱਧੀ ਤੇ ਸਾਡੀ ਨੀਂਦ ਹੀ ਪੂਰੀ ਆ ਕੋਈ ਕਈ ਜਿੰਨਾਂ ਨੂੰ ਆਦਤ ਹੁੰਦੀ ਮੇਰੇ ਵਰਗਿਆਂ ਨੂੰ ਦਿਨ ਵੇਲੇ ਵੀ ਸੌਂਦੀ ਦਿਨ ਵੇਲੇ ਵੀ ਚਲੋ 30 ਸਾਲ ਆ ਪੈਵਰੇਜ ਕਰ ਲੈਨੇ ਵੀ ਰਹਿ ਕੇ ਗਿਣ ਕੇ 30 ਸਾਲ ਸਾਡੀ ਜ਼ਿੰਦਗੀ ਦੇ ਤੇ ਕੁਝ ਸਾਡੇ ਲੱਗੇ ਜੌਬ ਚ ਕੁਝ ਲੱਗੇ ਘਰ ਦੇ ਮਸਲਿਆਂ ਚ ਤੇ ਇਦਾਂ ਹੀ ਰਹਿ ਗਏ ਜਿੰਨੇ ਕਿ ਮੇਰੇ ਖਿਆਲ 10 ਤੋਂ 5 ਸਾਲ ਸਾਡੀ ਜ਼ਿੰਦਗੀ ਚ ਰਹਿ ਗਏ ਤੇ ਉਹ 10 ਤੋਂ 5 ਸਾਲ ਬਹੁਤ ਜ਼ਰੂਰੀ ਹੁੰਦੇ ਕਿ ਜੇ ਇੰਨੇ ਜਿੰਨੇ ਵੀ ਸਾਲ ਮਿਲੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੰਜ਼ਿਊਮ ਕਰ ਲਈਏ ਨੂੰ ਚੰਗੀ ਤਰ੍ਹਾਂ ਰੱਜ ਕੇ ਜੀਏ ਨਾ ਕਿ ਵੀ ਜਦੋਂ ਕੋਈ ਕੰਮ ਪਿਆ ਜਾਂ ਜਦੋਂ ਕੰਮ ਕਰਨ ਦੀ ਲੋੜ ਆ ਜਦੋਂ ਲੱਗਦਾ ਕਿ ਹਾਂ ਮੈਨੂੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੁਣ ਮੈਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਉਹ ਸੁਸਤੀ ਪਾ ਕੇ ਬਹਿ ਜਾਓ ਨਾ ਨਾ ਪਾ ਦਿਓ ਯਾਰ ਨਹੀਂ ਯਾਰ ਮਰ ਤੁਤੇ ਹੋਣਾ ਛੱਟ ਪਾਣਾ ਇਹ ਸਭ ਚੀਜ਼ਾਂ ਨਾ ਜਿੰਨੇ ਲੋਕ ਜਿਹੜੇ ਸੁਸਤ ਹੁੰਦੇ ਨੇ ਨਾ ਉਹ ਜਦੋਂ ਜਸਟੀਫਿਕੇਸ਼ਨ ਦੇਣੀ ਸ਼ੁਰੂ ਕਰ ਦਿੰਨੇ ਨੇ ਕਿ ਨਹੀਂ ਯਾਰ ਇਹ ਤੇ ਹੋ ਹੀ ਨਹੀਂ ਸਕਦਾ ਉਹਨੇ ਉਹ ਨਾ ਕਰ ਲੈਂਦਾ ਤੂੰ ਐਡਾ ਵੱਡਾ ਦੱਸ ਤੇਰੇ ਕੋਈ ਹੋਣਾ ਹੁੰਦਾ ਤੇ ਉਹ ਮਤਲਬ ਉਹ ਉਹਨਾਂ ਨੇ ਆਪ ਨਹੀਂ ਕੰਮ ਕਰਨਾ ਹੁੰਦਾ ਤੇ ਕਿਸੇ ਨੂੰ ਕਰਨ ਵੀ ਨਹੀਂ ਦਿੰਦੇ ਇਹਨਾਂ ਦੇ ਲੋਕ ਤੁਹਾਨੂੰ ਤੁਹਾਡੇ ਆਸ-ਪਾਸ ਜ਼ਰੂਰ ਮਿਲਣਗੇ ਸੋ رائے ਇਹਨਾਂ ਦੀ ਨਾ ਹੀ ਲਓ ਤੇ ਚੰਗੀ ਗੱਲ ਜਿਹੜਾ ਤੁਸੀਂ ਕੰਮ ਕਰ ਰਹੇ ਉਹਨਾਂ ਨੂੰ ਕਰ ਲਓ ਹਾਂ ਜੇ رائے ਲੈਣੀ ਲਓ ਪਰ ਸੁਣੋ ਆਪਣੇ ਦਿਮਾਗ ਦੀ ਤੇ ਆਪਣੇ ਦਿਲ ਦੀ ਜੋ ਤੁਹਾਡਾ ਦਿਲ ਕਹਿੰਦਾ ਉਹ ਕਰੋ ਤੇ ਦਿਲ ਦੀ ਗੱਲਾਂ ਵੇਖੋ ਬਿਲਕੁਲ ਤੇ ਲੋਕੀ ਕਹਿੰਦੇ ਵੀ 4 ਦਿਨ ਕੀ ਚਾਂਦਨੀ ਹਰੇ ਜ਼ਿੰਦਗੀ ਨੂੰ ਕਹਿੰਦੇ ਨੇ ਮੈਂ 4 ਦਿਨ ਦੀ ਜ਼ਿੰਦਗੀ ਹੈ ਸਾਰੀ ਉਹਨੂੰ ਖਾਸ ਖੇਡ ਕੇ ਬਿਤਾ ਲਓ ਪਰ ਮੈਂ ਕਹਿੰਦੇ ਵੇ ਬਹੁਤ ਵੱਡੀ ਜ਼ਿੰਦਗੀ ਹੈ ਰੱਬ ਨੇ ਸਾਨੂੰ ਦਿੱਤੀ ਜਿਹੜੀ ਉਹਦੇ 'ਚ ਅਸੀਂ ਬਹੁਤ 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 ਕੁਝ ਅਚੀਵ ਕਰ ਸਕਦੇ ਹਾਂ ਲੋਕੀ ਕਈ ਲੋਕੀ ਐਦਾਂ ਦੇ ਨਹੀਂ ਜਿਹੜੇ ਕਹਿੰਦੇ ਨੇ ਵੀ ਯਾਰ ਕੀ ਹੈ ਇਨਾ ਵੱਡਾ ਦਿਨ ਹੈ ਸਾਡਾ ਇਨਾ ਲੰਮਾ ਦਿਨ ਗੁਜ਼ਰ ਹੀ ਨਹੀਂ ਰਿਹਾ ਕਈ ਲੋਕੀ ਉਥੇ ਇਹੋ ਜਿਹੀ ਵੀ ਨਹੀਂ ਜਿਹੜੇ ਚਾਹੁੰਦੇ ਨੇ ਵੀ ਯਾਰ ਦਿਨ 'ਚ 12 ਨਹੀਂ ਦਿਨ 'ਚ 24 ਘੰਟੇ ਹੋਣੇ ਚਾਹੀਦੇ ਸੀ ਤਾਂ ਕਿ ਅਸੀਂ ਕੰਮ ਕਰ ਸਕੀਏ ਕਿਉਂਕਿ ਤੁਸੀਂ ਜੇ ਕੰਮ ਕਰੋਗੇ ਤਾਂ ਹੀ ਲੋਕਾਂ ਨੂੰ ਕੁਝ ਦੇ ਪਾਓਗੇ ਅੱਗੇ ਕਿਸੇ ਦਾ ਭਲਾ ਕਰ ਪਾ ਅਭਿਸ਼ੇਕ ਅਸੀਂ ਇਹ ਨਹੀਂ ਹੁੰਦਾ ਵੀ ਸਾਨੂੰ ਵੀ ਅਸੀਂ ਨੀਂਦ ਪੂਰੀ ਕਰਨੀ ਹੈ ਨੀਂਦ ਪੂਰੀ ਕਰੀ ਜੇ ਨੀਂਦ ਪੂਰੀ ਕਰਨੀ ਹੁੰਦੀ ਨਾ ਆਪਾਂ 1 ਘੰਟਾ ਸੋ ਕੇ ਵੀ ਨੀਂਦ ਪੂਰੀ ਕਰ ਲੈਣੇ ਆ ਉਸ ਤੋਂ ਬਾਅਦ ਸਾਡੀ ਥੋੜੀ ਜਿਹੀ ਬੈਟਰੀ ਚਾਰਜ ਹੋ ਜਾਂਦੀ ਆ ਆਪਾਂ ਫੇਰ ਕੰਮ ਨੂੰ ਲੱਗ ਜਾਂਦੇ ਆ ਹਾਂ ਬਿਲਕੁਲ ਰਾਤ ਨੂੰ ਇਹੋ ਜਿਹੇ ਕਈ ਲੋਕੀ ਨੇ ਜਿਹੜੇ ਰਾਤ ਨੂੰ ਵੀ ਕੰਮ ਕਰਦੇ ਰਹਿੰਦੇ ਨੇ ਤੇ ਸਿਰਫ 1 ਘੰਟਾ ਮਤਲਬ ਪੂਰੇ ਦਿਨ ਚ 24 ਘੰਟਿਆਂ ਚੋਂ ਸਿਰਫ 1 ਘੰਟਾ ਸੌਂਦੇ ਨੇ ਤੇ 23 ਘੰਟੇ ਕੰਮ ਕਰਦੇ ਨੇ ਤੇ ਫਿਰ ਮੇਰੇ ਤਾਂ ਵੀ ਫਿਰ ਉਹਨਾਂ ਦੀ ਮੁੱਲ ਪਾਉਂਦੀਆਂ ਨੇ ਮੈਂ ਨਹੀਂ ਤਾਂ ਉਹਨਾਂ ਦੀ ਮੁੱਲ ਪਾਉਂਦੀ ਆਸੇ ਜੇ ਤੁਸੀਂ ਲਿਮਿਟਡ ਟਾਈਮ ਰੇਅਰ ਕੇਸਿਸ ਹੋ ਸਦਾਵਾ ਜਿੱਦਾਂ ਪਤਾ ਘਰ ਚ ਕੋਈ ਪ੍ਰੋਗਰਾਮ ਫੰਕਸ਼ਨ ਆ ਚਲੋ ਉਦੋਂ ਦੇ ਆਪਾਂ ਇਹ ਸਭ ਚੀਜ਼ਾਂ ਕਰਦੇ ਜੇ ਤੁਹਾਨੂੰ ਲੱਗਦਾ ਕਿ ਹਾਂ ਮੇਰਾ ਗੋਲ ਆ ਅੱਜ ਰਾਤ ਇਹ ਚੀਜ਼ ਹੋ ਸਦਾਈਆਂ ਤੁਹਾਨੂੰ ਲੱਗਦਾ ਕਿ ਮੇਰਾ ਕੱਲ ਇਗਜ਼ਾਮ ਆ ਉਦੋਂ ਦੇ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਕਿ ਚਲ ਯਾਰ ਇੱਕ ਰਾਤ ਜਾਗ ਲਈ ਤਾਂ ਕੋਈ ਨੁਕਸਾਨ ਨਹੀਂ ਕੋਈ ਵੱਡਾ ਮਸਲਾ ਨਹੀਂ ਜਿੱਦਾਂ ਕਲਾਕਾਰਾਂ ਦੀ ਜ਼ਿੰਦਗੀ ਐਕਟਰ ਹੁੰਦੇ ਉਹਨਾਂ ਨੂੰ ਲੱਗਦਾ ਕਿ ਅੱਛਾ ਅੱਜ ਰਾਤ ਮੇਰੀ ਸਟੂਡੀਓ ਜੋ ਡਬਿੰਗ ਆ ਜਸਟ ਸ਼ੂਟਿੰਗ ਆ ਇੱਕ ਦਿਨ ਜਾਂ ਦੋ ਚਾਰ ਹਫ਼ਤੇ ਜਿਹੜੇ ਕਿਸੇ ਨੂੰ ਦੇ ਦਿਆਂ ਤੇ ਉਹ ਇਟਸ ਨਾਟ ਅ ਬ ਪਰ ਜਿਦੋਂ ਲੱਗਦਾ ਕਿ ਹੁਣ ਮੈਨੂੰ ਪੂਰੇ 2 ਮਹੀਨੇ ਰਾਤਾਂ ਜਾਗਨੀਆ ਪੂਰੀਆਂ ਰਾਤਾਂ ਜਾਗਨੇ ਤੇ ਦਿਨ ਨਹੀਂ ਜਾਗਨੇ ਤੇ ਪਲੀਜ਼ ਮਾਇਨ ਨਾ ਕਰੋ ਤੁਸੀਂ ਬਹੁਤ ਛੇਤੀ ਬਿਮਾਰ ਹੋ ਜੁਗੇ ਤੇ ਲੋਕੀ ਇਦਾਂ ਬਿਮਾਰ ਹੋ ਜਾਂਦੇ ਆ ਬਿਲਕੁਲ ਤੇ ਇਸੇ ਲਈ ਮਤਲਬ ਮੈਂ ਇਹ ਗੱਲ ਕਹਿ ਰਹੀ ਸੀ ਕਿ ਵੀ ਜੇ ਤੁਹਾਨੂੰ ਲੋਡ ਹੈ ਤੁਹਾਡੇ ਕੰਮ ਦਾ ਜਨੂਨ ਹੈ ਤੁਹਾਡੇ ਕੋਈ ਇਹ ਨਹੀਂ ਆ ਵੀ ਤੁਸੀਂ ਹੁਣ ਮਤਲਬ ਇਹ ਤਾਂ ਹਰ ਕੋਈ ਜਾਣਦਾ ਕਿ ਇਹ ਨਹੀਂ ਹੋ ਸਕਦਾ ਵੀ ਆਪਾਂ ਹੁਣ ਜਾਗਦੇ ਹੀ ਰਹੀਏ ਤੇ ਅਸੀਂ ਸੋਈਏ ਨਾ ਇੱਕੋ ਹੀ ਦਿਨ ਸੋਈਏ ਬਟ ਜਦੋਂ ਕੰਮ ਦੀ ਲੋਡ ਹੈ ਕਿਉਂਕਿ ਲੋਕੀ ਕੀ ਕਰਦੇ ਨੇ ਮੈਂ ਜਿਵੇਂ ਕਿ ਪਹਿਲਾਂ ਗੱਲ ਕੀਤੀ ਵੀ ਕੀਮਤੀ ਸਮਾਂ ਜਿਹੜਾ ਹੁੰਦਾ ਉਹ ਵੀ ਆਪਣੇ ਹੱਥੋਂ ਦੀ जागਦੇ ਰਹੋ ਕਈ ਲੋਕ ਕਿ ਜਾਗਦੇ ਵੀ ਸੌਂਦੇ ਨੇ ਤੇ ਕਈ ਲੋਨ ਦੀ ਸੌਂਦੇ ਹੋਏ ਵੀ ਜਾਗਦੇ ਨੇ ਜਾਗਦੇ ਨੇ ਬਿਲਕੁਲ ਸਹੀ ਕਿਹਾ ਬਿਲਕੁਲ ਕਈ ਇਹਨੂੰ ਜਿਹੜੀ ਸੌਂਦੇ ਵੀ ਬੜੀ ਵੱਡੀ ਗੱਲ ਕਹਤੀ ਹੈ ਸੌਂਦੇ ਵੀ ਕਿ ਜਾਗਦੇ ਹੁੰਦੇ ਉਹਨਾਂ ਨੂੰ ਹੋਸ਼ ਹੁੰਦੀ ਵੀ ਆਸ-ਪਾਸ ਚੱਲਦੇ ਵੀ ਕਹਿੰਦੇ ਨੀਂਦ ਹੀ ਇਦਾਂ ਦੀ ਹੁੰਦੀ ਪਰ ਕਈ ਜਿਹੜੇ ਦਿਨੇ ਹੀ ਐਵੇਂ ਬਸ ਆਏ ਗਏ ਵੀ ਐ ਵੀ ਸੁੱਤੇ ਸੁੱਤੇ ਆ ਗਏ ਸੁੱਤੇ ਸੁੱਤੇ ਚੱਲ ਗਏ ਜਿਹਦਾ ਕੋਈ ਫਾਇਦਾ ਨਹੀਂ ਹੁੰਦਾ ਇਹਦੇ ਨੁਕਸਾਨ ਹੀ ਨੁਕਸਾਨ ਹੈ ਸੋ ਲੇਜ਼ੀਨੈਸ ਦੀ ਆਪਾਂ ਗੱਲ ਕਰੀ ਨਾ ਇਹ ਇਹ ਸ਼ਬਦ ਆਪਣੀ ਡਿਕਸ਼ਨਰੀ ਚੋਂ ਕੱਢ ਦਿਓ ਇਹ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਹੈ 24 ਘੰਟ ਆਪਾਂ ਖਾਸ ਕਰੀ ਚੀਜ਼ ਆ ਪਤਾ ਅਪਣਾਉਂਦੇ ਕਿ ਸਾਡੇ ਆਸ-ਪਾਸ ਜਦੋਂ ਆਪਾਂ 2-4 ਬੰਦੇ ਵੇਖ ਲੈਣ ਨੇ ਜਿਹੜੇ ਯਾਰ ਸੁਸਤੀ ਪਾਈ ਰੱਖਦੇ ਤੇ ਚੰਗਾ ਬਣਾਉਣਾਂ ਦਾ ਕੰਮਕਾਰ ਚੱਲੀ ਜਾਂਦੇ ਆ ਪਰ ਸੋਧਿਆ ਇਹ ਵੀ ਤੇ ਛਾਹੀ ਜਾਂਦੇ ਫਿਰ ਤੇ ਕਰੀ ਜਾਂਦੇ ਮੈਨੂੰ ਕੀ ਹੈ ਮੈਂ ਵੀ ਇਹ ਘੜੀ ਅਰੈਸਟ ਕਰ ਲਈ ਤੇ ਹਾਰੈਸਟ ਕਰਨਾ ਅਲੱਗ ਮਸਲਾ ਪਰ ਜਿਹੜੇ ਕਿ ਹਰ ਗੱਲ ਦਾ ਨੰਨਾ ਬਾਦ ਨਾ ਵੀ ਨਹੀਂ ਹਾਂ ਸੁਸਤੀ ਛੱਡ ਪਰਾਂ ਗਰਮੀ ਬੜੀ ਬਾਹਰ ਕੌਣ ਕੰਮ ਕਰੇਗੀ ਇਹ ਕਰੇ ਉਹ ਕਰੇ ਮੈਂ ਬੜਾ ਇਨਸਪਾਇਰ ਹੁਣਾਂ ਲੋਕਾਂ ਦਾ ਜਦੋਂ ਕਦੀ-ਕਦੀ ਮੈਂ ਸਵੇਰੇ ਜਲਦੀ ਹੁੰਜਾ ਸੈਰ ਕਰਨ ਚੱਲ ਜਾਂਦਾ ਕਈ ਰੇੜੀ ਵਾਲੇ ਕਈ ਮਜ਼ਦੂਰ ਮਿਸ ਪਤਾ ਨਹੀਂ ਉਹਨਾਂ ਦੀ ਬਾਡੀ ਕਿੱਦਾਂ ਦੀ ਹੁੰਦੀ ਕਿੱਦਾਂ ਦੇ ਉਹਨਾਂ ਦੀ ਬਾਡੀ 'ਚ ਜਾਨ ਹੁੰਦੀ ਇੰਨੀ ਮਿਹਨਤ ਕਰਦੇ ਸਵੇਰੇ 6 ਵਜੇ ਵਿਚਾਰੇ ਘਰੋਂ ਨਿਕਲ ਜਾਂਦੇ ਆਪਣੀ ਫੜੀ ਲੈ ਕੇ ਆਪਣੀ ਰੇੜੀ ਲੈ ਕੇ ਪਤਾ ਵਾ ਵੀ ਉਧਰ ਸ਼ਹਿਰ ਪਹੁੰਚਦੇ ਪਹੁੰਚਦੇ ਮੈਨੂੰ 1 ਘੰਟਾ ਲੱਗ ਜਾਂਦਾ ਜਾਣਾ ਪੈਣਾ ਕਿਉਂਕਿ ਕੰਮ ਕਰਨਾ ਵਾ ਕੰਮ ਨਹੀਂ ਕਰੂੰਗਾ ਪੈਸੇ ਨਹੀਂ ਹੋਗੇ ਪੈਸੇ ਨਹੀਂ ਹੋਗੇ ਤੇ ਜੀਊਂਗਾ ਕਿੱਦਾਂ ਖਾਊਂਗਾ ਤੇ ਆਪਣੀ ਘਰ ਵਾਲੀ ਆਪਣੇ ਬੱਚਿਆਂ ਨੂੰ ਕਿੱਦਾਂ ਸਰਵਾਈਵ ਕਿੱਦਾਂ ਕਰੂੰਗਾ ਸੋ ਇਹਨਾਂ ਚੀਜ਼ਾਂ ਨੂੰ ਸਲੂਟ ਹੈ ਉਹਨਾਂ ਮਹਾਨ ਲੋਕਾਂ ਨੂੰ ਸਲੂਟ ਹੈ ਜਿਹੜੇ ਲਗਾਤਾਰ ਕੰਮ ਕਰਦੇ ਰਹਿੰਦੇ ਜਿਨ੍ਹਾਂ ਨੇ ਮਿਹਨਤਾਂ ਕਰਦਿੰਦੇ ਨੇ ਇਹ ਨਹੀਂ ਸੋਚਣਾ ਚਾਹੀਦਾ ਕਿ ਯਾਰ ਮੈਂ ਇੰਨੀ ਮਿਹਨਤ ਕਰਦਾ ਮੈਂ ਇੱਥੇ ਪਹੁੰਚਿਆ ਨਹੀਂ ਇਹ ਨਹੀਂ ਕੀਤਾ ਉਹ ਨਹੀਂ ਪਹੁੰਚਿਆ ਇਦਾਂ ਮਿਹਨਤ ਕਰਨੀ ਮੈਟਰ ਕਰਦੀ ਆ ਨਾ ਕਿ ਕਿਥੇ ਪਹੁੰਚਣਾ ਸੋ ਇਟਸ ਬੈਟਰ ਟੂ ਟਰੈਵਲ ਵੈਲ ਦੈਨ ਟੂ ਅਰਾਈਵ ਸੋ ਕਿਥੇ ਪਹੁੰਚਣ ਨਾਲੋਂ ਚੰਗਾ ਤੁਸੀਂ ਸਫਰ ਆ ਜਿਹੜਾ ਉਹ ਚੰਗਾ ਕਰ ਲਓ ਜ਼ਿਆਦਾ ਵਧੀਆ ਹੁੰਦਾ ਸੋ ਕਿ ਸਫਰ ਚ ਕਈਆਂ ਦੀ ਮੰਜ਼ਿਲ ਹੁੰਦੀ ਆ ਤੇ ਮੈਂ ਪਰਸੋ ਚੌਥੀ ਐਗਜ਼ਾਮਪਲ ਦੇਣਾ ਮੈਂ ਸੇਰੇ ਕਿਥੇ ਜਾ ਰਹਾ ਸੀ ਤੇ ਸਵੇਰੇ 6:30 ਦਾ ਟਾਈਮ ਹੋਣਾ ਤੇ ਮੈਂ ਦੇਖ ਰਿਹਾ ਪਿਆ ਸੀ ਇਦਾਂ ਜਦੋਂ ਮੈਂ ਗੱਲ ਕੀਤੀ ਇੱਕ ਰੇੜੀ ਵਾਲਾ ਬੰਦਾ ਵਿਚਾਰਾ ਬੜੀ ਆਪਣਾ ਰੇੜਾ ਚੁੱਕ ਕੇ ਲਈ ਜਾਂਦਾ ਵੀ ਇੰਨਾ ਸਮਾਨ ਉਹਨੇ ਲੱਦਿਆ ਪਤਾ ਵੀ ਮੈਂ ਪਹੁੰਚਣਾ ਉੱਥੇ ਟਾਈਮ ਨਾਲ ਮੇਲਾ ਲੱਗਣਾ ਤੇ ਮੈਨੂੰ ਇਹ ਸਮਾਨ ਵੇਚਣਾ ਜ਼ਰੂਰੀ ਜ਼ਰੂਰੀ ਆ ਚਾਰ ਪੈਸੇ ਆਉਣਗੇ ਦਾ ਰਿਕਸ਼ੇ ਵਾਲੇ ਤੇ ਜੇ ਆਪਾਂ ਗੱਲ ਕਰੀਏ ਜਿਹੜੇ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਨਾਲ ਮਤਲਬ ਦੇਂਦੀ ਦਿਹਾੜੀ ਪੈਂਦੀ ਜਿਨ੍ਹਾਂ ਦੀ ਉਹ ਵੀ ਨੈਮ ਨਾਲ ਸਵੇਰੇ ਘਰਾਂ ਤੋਂ ਉੱਠ ਜਾਂਦੇ ਨੇ ਆਪਣਾ ਕੰਮ ਕੁਵੈਰ ਕਰਾ ਕਰਦੇ ਨੇ ਤੇ ਆਪਾਂ ਏਸੀਆਂ ਦੇ ਵਿੱਚ ਰਹਿ ਕੇ ਵੀ ਜੇ ਆਪਾਂ ਕੋਈ ਯਾਰ ਸੁਸਤੀ ਪੈ ਗਈ ਇਹ ਗੱਲ ਨਹੀਂ ਹੋ ਗਈ ਸੋ ਇਹ ਚੀਜ਼ਾਂ ਸਹੀ ਨਹੀਂ ਹੁੰਦੀ ਆਪਣੀ ਬਾਡੀ ਲਈ ਵੀ ਤੇ ਆਪਣੇ ਮੈਂਟਲ ਲਈ ਵੀ ਸੋ ਜਿਹੜੀ ਸੁਸਤੀ ਨੂੰ ਤਿਆਗੋ ਤੇ ਜਿਹੜੀ ਐਕਟਿਵਨੈਸ ਆ ਉਹਨੂੰ ਆਪਣੇ ਅੰਦਰ ਫੁਲਫਿਲਮੈਂਟ ਕਰਕੇ ਆ ਪੂਰਾ ਚੰਗੀ ਤਰ੍ਹਾਂ ਪਾਲੋਗੇ ਤੁਸੀਂ 24 ਘੰਟੇ ਐਕਟਿਵ ਰਹੋ ਬਿਲਕੁਲ ਤੇ ਮੋਸਟਲੀ ਆਪਾਂ ਗੱਲ ਕਰ ਲਈ ਜੀ ਯੂਥ ਦੀ ਕਿਉਂਕਿ ਕਹਿੰਦੇ ਵੀ ਜਿਹੜਾ ਯੂਥ ਹੈ ਉਹੀ ਜਿਹੜਾ ਹੈ ਸਾਡੇ ਦੇਸ਼ ਨੂੰ ਚੇਂਜ ਕਰ ਸਕਦਾ ਹੈ ਜਾਂ ਕੋਈ ਤਬਦੀਲੀ ਲੈ ਕੇ ਆ ਸਕਦਾ ਹੈ ਤੇ ਜੇ ਅਸੀਂ ਗੱਲ ਕਰੀਏ ਨੀਂਦ ਦੀ ਤਾਂ 8 ਘੰਟੇ ਦੀ ਜਿਹੜੀ ਨੀਂਦ ਹੁੰਦੀ ਹੈ ਉਹ ਜ਼ਰੂਰੀ ਹੁੰਦੀ ਹੈ ਹਰ ਇੱਕ ਹਰ ਇੱਕ ਦੇ ਲਈ ਤੁਸੀਂ ਭਵਨ ਦਿਨ 'ਚ ਸੋਵੋ ਭਵਨ ਰਾਤ 'ਚ ਸੋਵੋ ਬਟ 8 ਘੰਟੇ ਜਿਹੜੇ ਉਹ ਜ਼ਰੂਰੀ ਹੁੰਦੇ ਆ ਸੋਣਾ ਮੇਰੇ ਜੀ ਦੋਸਤੋ ਉਸ ਤੋਂ ਐਕਸੈਸ 'ਚ ਸੋਣਿਓ ਨਾ ਉਹ ਸਾਰਾ ਵੇਸਟ ਹੋ ਜਾਂਦਾ ਕਿਉਂਕ ਕਿਉਂਕਿ ਤੁਸੀਂ ਤਾਂ ਕੁਝ ਕਰ ਨਹੀਂ ਰਹੇ ਕੁਝ ਕੰਮ ਨਹੀਂ ਕਰ ਰਹੇ ਕਿਸੇ ਦਾ ਕੁਝ ਭਲਾ ਨਹੀਂ ਕਰ ਰਹੇ ਜਾਂ ਆਪਣਾ ਭਲਾ ਨਹੀਂ ਕਰ ਰਹੇ ਉਸੇ ਤੁਸੀਂ ਇੱਕਦਮ ਡੈੱਡ ਹੋ ਤੁਸੀਂ ਸਿਰਫ ਤੁਹਾਡਾ ਮਾਈਂਡ ਚੱਲ ਰਿਹਾ ਕੁਝ ਤੁਸੀਂ ਸੋਚ ਰਹੇ ਹੋ ਕੁਝ ਤੁਹਾਨੂੰ ਸੁਪਨਾ ਆ ਰਿਹਾ ਕੁਝ ਚਾਹ ਰਹੇ ਸਿਰਫ ਮਾਈਂਡ ਚੱਲ ਰਿਹਾ ਤੁਸੀਂ ਆਪ ਕੁਝ ਨਹੀਂ ਕਰ ਰਹੇ ਤੇ ਜਿਹੜਾ ਯੂਥ ਹੈ ਜੋ ਉੱਠੇਗਾ ਜਾਗੇਗਾ ਕੰਮ ਕਰੇਗਾ ਤਾਂ ਹੀ ਜਿਹੜਾ ਫਾਇਦਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਹੈ ਯੂਥ ਦੇ ਬਾਰੇ ਕਿ ਯੂਥ ਨੂੰ ਹਮੇਸ਼ਾ ਐਕਟਿਵ ਰਹਿਣਾ ਚਾਹੀਦਾ ਹੈ ਤੇ ਲੋੜ ਵੀ ਹੈ ਬੱਚੇ ਨੇ ਬੱਚਿਆਂ ਨੇ ਬੱਚੇ ਨੂੰ ਕੋਈ ਇਹ ਨੌਲੇਜ ਨਹੀਂ ਹੁੰਦੀ ਉਹਨੂੰ ਬਿਲਕੁਲ ਖੁੱਲੇ ਦਿਮਾਗ ਦੇ ਹੁੰਦੇ ਨੇ ਵੀ ਉਹਨਾਂ ਨੂੰ ਪਤਾ ਸੀ ਕੁਝ ਨਹੀਂ ਕਰਨਾ ਘਰੇ ਜਾਣਾ ਆਪਣਾ ਹੋਮਵਰਕ ਪੂਰਾ ਕਰਨਾ ਹੈ ਤੇ ਅਸੀਂ ਕੰਮ ਕਰ ਲੈਣਾ ਉਹਨਾਂ ਨੇ ਕੁਝ ਇੰਨਾ ਸਵਾਰ ਵੀ ਨਹੀਂ ਲੈਣਾ ਬਟ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਇੰਨੇ ਐਕਟਿਵ ਨੇ ਇੰਨੇ ਟੈਲੈਂਟਡ ਨੇ ਕਿ 3 ਸਾਲ ਦੀ ਉਮਰ ਦੇ ਵਿੱਚ ਹੀ ਉਹ ਇੰਨਾ ਵਧੀਆ-ਵਧੀਆ ਕੰਮ ਕਰਨ ਲੱਗ ਜਾਂਦੇ ਨੇ ਚਾਹੇ ਉਹ ਸਿੰਗਿੰਗ ਦੇ ਰਿਲੇਟਿਡ ਦੇਖ ਲਈਏ ਕਿਸੇ ਵੀ ਫੀਲਡ ਦੇ ਵਿੱਚ ਦੇਖ ਲਈਏ ਛੋਟੇ-ਛੋਟੇ ਬੱਚੇ ਵੀ ਅੱਜ ਕੱਲ ਐਕਟਿਵ ਹੁੰਦੇ ਜਾ ਰਹੇ ਨੇ ਬਟ ਜਿਹੜਾ ਸਾਡਾ ਯੂਥ ਹੈ ਜੇ ਅਸੀਂ ਦੇਖ ਲਈਏ ਟੀ ਨੇਜ ਦਾ ਸਮਾਂ ਹੁੰਦਾ ਹੈ ਚਾਹੇ ਤੁਸੀਂ ਇਸ ਚ ਸੁਸਤੀ ਫੈਲਾ ਲਓ ਤੇ ساری ਜ਼ਿੰਦਗੀ ਜਿਹੜਾ ਹੈ ਆਪਣਾ ਮਿਹਨਤ ਕਰਦੇ ਰਹੋ ਜਾਂ ਫਿਰ ਇਹਦੇ ਵਿੱਚ ਤੁਸੀਂ ਆਪਣੀ ਪੂਰੀ ਕੜੀ ਮਿਹਨਤ ਕਰ ਲਓ ਟੀਨੇਜ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਪੂਰੀ ਆਰਾਮ ਨਾਲ ਬਤੀਤ ਕਰ ਲਓ ਤੇ ਇਸ ਦੇ ਉੱਪਰ ਜਿਹੜੀ ਹੈ ਗੌਰ ਜ਼ਰੂਰ ਮੇਰੇ ਖਿਆਲ ਨਾਲ ਦੇਣੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਸੁਸਤੀ ਫੈਲਾਓ ਜਾਂ ਨਾ ਫੈਲਾਓ ਪਰ ਜਿਹੜੀ ਤੁਹਾਡੀ ਟੀਨੇਜ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਕਹਾ ਮੈਂ ਪਰਸੂਜੋ ਕਿਸੇ ਦੀ ਇੰਟਰਵਿਊ ਵੇਖਦਾ ਵੈਸੇ ਕਹਿੰਦਾ ਵੀ ਮੇਰੇ ਦੋਸਤ ਜਿਹੜੇ ਪਬਜੀ ਦੇ ਮਸਤੇ ਰਹਿੰਦੇ ਸੀ ਭ ਆਪਣੀ ਫਰਦਰ ਜਿਹੜੀ ਕਿ ਤਿਆਰੀਆਂ ਵਾਸਤੇ ਉਹ ਰੈਡੀ ਆ ਸੋ ਇਹ ਬੜੀ ਵੱਡੀ ਗੱਲ ਹੈ ਕਿ ਆਪਣੀ ਕੰਪਨੀ ਜਿਹੜੀ ਹੁੰਦੀ ਨਾ ਤੁਹਾਡੇ ਆਸ-ਪਾਸ ਦੀ ਉਹ ਤੁਹਾਡੇ ਤੇ ਬੜਾ ਇੰਪੈਕਟ ਪਾਉਂਦੀ ਹੈ ਸੋ ਜੇ ਤੁਹਾਨੂੰ ਲੱਗਦਾ ਕਿ ਯਾਰ ਤੁਹਾਡੇ ਯਾਰ ਦੋਸਤ ਤੁਹਾਡੀ ਕੰਪਨੀ ਵਿੱਚ ਇਦਾਂ ਦੀ ਜਿਹੜੀ ਆ ਚੀਜ਼ ਨੂੰ ਪ੍ਰਮੋਟ ਕਰਦੀ ਕਿ ਯਾਰ ਛੱਡ ਪਣਾ ਕੀ ਰੱਖਿਆ ਕੰਮ ਆ ਚੀਏ ਉਹ ਉਸੇ ਵੇਲੇ ਉਸੇ ਵੇਲੇ ਡਿਸੀਜਨ ਲਓ ਕਿ ਨਹੀਂ ਯਾਰ ਇਹਨਾਂ ਨੂੰ ਮੈਨੂੰ ਲੀਵ ਕਰਨਾ ਜ਼ਰੂਰੀ ਜੇ ਤੇ ਤੁਸੀਂ ਕੁਝ ਕਰਨਾ ਹੈ ਆਪਣੇ ਜੇ ਤੁਹਾਡਾ ਕੋਈ ਫੋਕਸ ਹੈਗਾ ਜੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਕੁਝ ਕਰ ਸਕਦਾ ਜਾਂ ਤੁਸੀਂ ਕਰਨਾ ਹੈ ਤੋ ਉਸੇ ਵਾਲੇ ਉਹਨਾਂ ਨੂੰ ਲੀਵ ਕਰੋ ਤੇ ਆਪਣੇ ਕੰਮ ਵੱਲ ਲੱਗ ਜਾਓ ਜੇ ਤੁਸੀਂ ਇੱਧਰ ਉੱਧਰ ਵੇਖੋਗੇ ਨਾ ਸੱਜੇ ਖੱਬੇ ਸੱਜੇ ਖੱਬੇ ਵੇਖ ਕੇ ਚੱਲੋਗੇ ਫੇਰ ਕਦੀ ਨਹੀਂ ਪਹੁੰਚ ਪਾਓਗੇ ਸਿੱਧਾ ਵੇਖੋ ਇੱਕ ਪੁਆਇੰਟ ਬਣਾਓ ਇੱਕ ਫੋਕਸ ਬਣਾਓ ਬੱਸ ਉਹ ਮੱਛੀ ਦੀ ਅੱਖ 'ਚ تیر ਮਾਰੋ ਤੇ ਪੱਕਾ ਵੱਜੂਗਾ ਹੀ ਵੱਜੂਗਾ ਬਿਲਕੁਲ ਜੇ ਕਹਿੰਦੇ ਨੇ ਵੀ ਲੀਕ ਤੋਂ ਹਟ ਕੇ ਕੰਮ ਕਰੋਗੇ ਤਾਂ ਹੀ ਦੁਨੀਆ ਯਾਦ ਰੱਖੇਗੀ ਨਹੀਂ ਤਾਂ ਕੋਈ ਯਾਦ ਵੀ ਨਹੀਂ ਰੱਖੇਗਾ ਵਾ 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 ਕੀ ਬਾਤ ਹੈ ਬਹੁਤ ਸੋਹਣੀ ਗੱਲ ਗਈ ਸੋ ਫਿਰ ਇਸੇ ਸੋਹਣੀ ਗੱਲ ਦੇ ਨਾਲ ਸ਼ੋਹ ਦੀ ਐਂਡਿੰਗ ਕਰਦੇ ਹਾਂ ਦਿਲ ਦੀਆਂ ਗੱਲਾਂ ਦੀ ਤੇ ਅੱਜ ਜਿਹੜੀ ਅਸੀਂ ਗੱਲਾਂ ਕੀਤੀਆਂ ਦਿਲ ਦੀਆਂ ਗੱਲਾਂ ਸੁਸਤੀ ਤੇ ਕੀਤੀਆਂ ਤੇ ਸ਼ੋਹ ਦੇ ਪਹਿਲਾਂ ਮੈਨੂੰ ਥੋੜੀ ਜਿਹੀ ਸੁਸਤੀ ਸੀ ਪਰ ਆਮ ਐਕਟਿਵ ਨਾ ਮੈਨੂੰ ਸਹੀ ਲੱਗ ਰਿਹਾ ਯਾਰ ਗੱਲਾਂ ਕਰਕੇ ਤੇ ਚੰਗੀ ਗੱਲ ਹੈ ਜਿਹੇ ਸ਼ੋਹ ਮੈਨੂੰ ਪਾਵਰ ਦਿੰਦਾ ਤੇ ਆਈ ਲਵ ਮਾਈ ਸ਼ੋਹ ਐਂਡ ਆਈ ਲਵ ਯੂ ਆਲਸੋ ਸਾਰਿਆਂ ਨੂੰ ਤੁਸੀਂ ਇੰਨਾ ਸੋਹਣਾ ਫੀਡਬੈਕ ਦਿੰਦੇ ਹੋ ਸਾਡੇ ਸ਼ੋਹ ਨੂੰ ਤੇ ਇਦਾਂ ਹੀ ਇੰਨਾ ਪਿਆਰ ਸਾਨੂੰ ਦਿੰਦੇ No.